ਕਾਲਜ ਸਹੀ ਹੈ ਕੋਰਸ ਸਹੀ ਹੈ ਉਸੀ ਆਫਰ ਲੈਟਰ ਜਿਹੜੀ ਆਫਰ ਲੈਟਰ ਹੋਂਦੇ ਕੋਲ ਹੈ ਉਹਦਾ ਅਗਰ ਵੀਜ਼ਾ ਰਿਫਿਊਜ਼ ਹੋਣਾ ਉਸੀ ਆਫਰ ਲੈਟਰ ਦੇ ਉੱਤੇ ਉਸੀ ਜਿਹੜੀ ਕਾਲਜ ਫੀਸ ਭਰੀ ਉਸੀ ਐਲਓ ਲੈਟਰ ਮਿਲ ਜਾਂਦੀ ਹੈ ਉਹੀ ਬੱਚੇ ਦਾ ਮੈਡੀਕਲ ਚੱਲ ਜਾਣਾ ਹੈ ਉਹੀ ਬੱਚੇ ਜੀਆਈਐਸ ਚੱਲਣਾ ਹੈ ਉਹ ਉਸੇ ਇਨਟੇਕ 'ਚ ਹੋ ਜਾਏਗਾ ਉਸੇ ਇਨਟੇਕ 'ਚ ਇਹ ਬਹੁਤ ਵੱਡੀ ਗੱਲ ਹੈ ਨਾ ਕਿਉਂਕਿ 6 ਮਹੀਨੇ ਹੋਰ ਲੰਘ ਜਾਣੇ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਉਹ ਹੁੰਦਾ ਵੀ ਮਾਰਕੀਟ ਜਿਹੜਾ ਆਲਰੇਡੀ ਰੇਟਡ ਸਾਲ ਤੱਕੇ ਖਾ ਰਿਹਾ ਹੈ ਰਿਫਿਊਜ਼ਲਾ ਲੈ ਕੇ ਹੁੰਦਾ ਪੈ ਕਿ ਮੇਰਾ ਉਸਨੇ ਦੋ ਵਾਰੀ ਉਡਾਤਾ ਉਹਨੇ ਵੀਜ਼ਾ ਅਪਲਾਈ ਕਰਦਾ 1.5 ਲੱਖ ਕੱਢਦਾ ਅੱਜ ਮੇਰਾ ਜਿਹੜਾ ਜਿਹੜਾ 10 ਲੱਖ ਰੁਪਏ ਖਰਚੇ ਮੇਰੇ ਕੋਲ ਸੀਗਾ ਉਹਦਾ 10 ਦਾ ਮੇਰਾ 7 ਹੀ ਰਹਿ ਗਿਆ ਮੰਨ ਲਓ ਰਿਫਿਊਜ਼ ਹੋਇਆ ਹੋਇਆ ਫੀਸ ਭਰੀ ਹੋਈ ਸੀਗੀ ਆਫਰ ਲੈਟਰ ਮੰਗਾਈ ਹੋਈ ਸੀਗੀ ਫੀਸ ਵੀ ਉਹੀ ਚਲ ਜੂਗੀ ਆਫਰ ਲੈਟਰ ਵੀ ਉਹੀ ਚਲ ਜੂਗੀ ਹੁਣ ਦੋ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਪਹਿਲਾ ਇੱਕ ਬੱਚਾ ਉਹ ਆ ਜਿੰਨਾ ਕਾਲਜ ਤੇ ਕੋਰਸ ਗਲਤ ਸੀਗਾ ਉਹਨਾਂ ਦਾ ਤਾਂ ਕਾਲਜ ਤੇ ਕੋਰਸ ਬਦਲਣਾ ਪਏਗਾ ਇੱਕ ਇਹ ਵੀ ਇੱਕ 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 ਐਦਾਂ ਦਾ ਵੀ ਪਾਰਟ ਹੈ ਜਿੰਦੇ ਵਿੱਚ ਕਾਲਜ ਵੀ ਸਹੀ ਸੀ ਕੋਰਸ ਵੀ ਸਹੀ ਸੀਗਾ ਫਾਈਲ ਸਹੀ ਤਰੀਕੇ ਨਾਲ ਐਮਬੈਸੀ ਨੂੰ ਪ੍ਰੈਜ਼ੈਂਟ ਨਹੀਂ ਕੀਤੀ ਤੇ ਕੰਸਲੈਂਟ ਕੀ ਕਹ ਰਿਹਾ ਕਿ ਇੱਕ ਐਸਓਪੀ ਆਪਣੇ ਵੱਲੋਂ ਤਿਆਰ ਕਰ ਰਿਹਾ ਹੁਣ ਜਿਹੜਾ ਐਸਓਪੀ ਤਿਆਰ ਕਰਨ ਵਾਲਾ ਜਿਹੜਾ ਸਟਾਫ ਹੁੰਦਾ ਅਗਰ ਉਹ ਬੀਏ ਪਾਸ ਹੈ ਕਿਹਾ ਹੁ ਤੁਸੀਂ ਸੋਚੋ ਮੈਡੀਕਲ ਦੀ ਐਸਓਪੀ ਬਣਾ ਸਕਦਾ ਉਹ ਕੀ ਕਰੇਗਾ ਨੈਟ ਤੋਂ ਕਾਪੀ ਕਰੇਗਾ ਤੇ ਉਹ ਜਿਹੜੀ ਐਸਓਪੀ ਦਾ ਪਾਰਟ ਹੈ ਉਹ ਬੜਾ ਇੰਪੋਰਟੈਂਟ ਪਾਰਟ ਹੁੰਦਾ ਹੁਣ ਇਹਦੇ ਵਿੱਚ ਕਾਲਜ ਤਾਂ ਸਹੀ ਸੀਗਾ ਕੋਰਸ ਵੀ ਸਹੀ ਸੀ ਪਰ ਪ੍ਰੈਜ਼ੈਂਟ ਨਹੀਂ ਕੀਤਾ ਜਿਹੜਾ ਵੀਜ਼ਾ ਅਫਸਰ ਕੈਨੇਡਾ ਐਮਬੈਸੀ ਵਿੱਚ ਬੈਠ ਕੇ ਕੰਮ ਕਰ ਰਿਹਾ ਉਹਨੂੰ ਆਪਣੇ ਕੰਟਰੀ ਦੇ ਸਾਰੇ ਕਾਲਜਸ ਦਾ ਬਾਇਓ ਡਾਟਾ ਹੁੰਦਾ ਹੀ ਹੈ ਕੀ ਇਹ ਕਾਲਜ ਵਧੀਆ ਹੈ ਇਹ ਕਾਲਜ ਮਾੜਾ ਹੈ ਅਗਰ ਆਪਾਂ 100 ਰਿਫਿਊਜ਼ਲਾ ਬੱਚਾ ਆਂਦੀ ਹੈ ਐਂਬੈਸੀ ਵੱਲੋਂ ਉਹਨਾਂ ਵਿੱਚ 99 ਰਿਫਿਊਜ਼ਲਾ ਤੇ ਇਹੀ ਲਿਖਿਆ ਹੁੰਦਾ ਹੈ ਕਿ ਤੂੰ ਵਾਪਸ ਨਹੀਂ ਆਏਂਗਾ ਜੀ ਉਹਦਾ ਸਭ ਤੋਂ ਵੱਡਾ ਕਾਰਨ ਵਾਪਸ ਆ ਨਾ ਦਾ ਕਾਰਨ ਕੀ ਹੁੰਦਾ ਹੈ ਕਿ ਬੱਚਾ ਜਿਸ ਕਾਲਜ ਦੇ ਵਿੱਚ ਅਪਲਾਈ ਕਰ ਰਿਹਾ ਹੈ ਉਹ ਕਾਲਜ ਦੀ ਰੈਪਿਊਟੇਸ਼ਨ ਵਧੀਆ ਨਹੀਂ ਹੈ ਕਾਲਜ ਕਿਵੇਂ ਗਲਤ ਚੁਣ ਹੋ ਜਾਂਦਾ ਉੱਥੇ ਰੈਪਿਊਟਡ ਕਾਲਜ ਹੈਗੇ ਨੇ ਕਿਵੇਂ ਗਲਤ ਚੁਣਿਆ ਜਾ ਸਕਦਾ ਇੱਕ ਉਦਾਹਰਣ ਦੇ ਤੌਰ ਤੇ ਬੱਚੇ ਨੇ ਫਿਜ਼ਿਕ ਕੈਮਿਸਟਰੀ ਤੇ ਬਾਇਓਲੋਜੀ ਪੜ੍ਹੀ ਹੋਈ ਹੈ ਬੱਚਾ ਪਲੱਸ 2 ਪਾਸ ਆਊਟ ਹੈ ਫਿਜ਼ਿਕ ਕੈਮਿਸਟਰੀ ਬਾਇਓਲੋਜੀ ਦੇ ਨਾਲ ਕੰਮ ਕਰ ਰਿਹਾ ਹੈ ਅਗਰ ਉਹ ਫਿਜ਼ਿਕ ਕੈਮਿਸਟਰੀ ਬਾਇਓਲੋਜੀ ਦੇ ਵਿੱਚ ਅਪਲਾਈ ਕਰਨ ਦੀ ਬਜਾਏ ਕਿਸੇ ਹੋਰ ਰੈਲੇਵੈਂਟ ਕੋਰਸੇ ਅਪਲਾਈ ਕਰੇਗਾ ਉਹਨੂੰ ਵੀਜ਼ਾ ਨਹੀਂ ਮਿਲ ਜੇਗਾ ਕਿਤੇ ਨਾ ਰਸ਼ ਜ਼ਿਆਦਾ ਸੀਗਾ ਫਾਈਲਜ਼ ਜ਼ਿਆਦਾ ਸੀਗੀਆਂ ਕੋਰੋਨਾ ਕਰਕੇ ਰੁਕਿਆ ਹੋਇਆ ਸੀਗਾ ਇਸ ਕਰਕੇ ਉਹਨਾਂ ਨੇ ਬਹੁਤ ਧਿਆਨ ਨਹੀਂ ਦਿੱਤਾ ਇਸ ਤਰ੍ਹਾਂ ਹੁੰਦਾ ਹਰ ਇੱਕ ਬੰਦੇ ਦੀ ਜਵਾਬਦੇਂਦਾਰੀ ਹੈ ਜਿਹੜਾ ਵੀਜ਼ਾ ਅਫਸਰ ਹੈ ਜਿੰਨੇ ਤੁਹਾਡਾ ਵੀਜ਼ੇ ਦੀ ਫਾਈਲ ਖੋਲੀ ਕਿਸੇ ਬੱਚੇ ਦੀ ਉਹਨਾਂ ਰਿਫਿਊਜ਼ ਕਰ ਉਹ ਹੀ ਜਵਾਬ ਦੇ ਦਿੰਦੇ ਨੇ ਵੀਜ਼ਾ ਕਿਉਂ ਰੱਫੂ ਤੱਲੇ ਪਿਛਲੇ ਵੀ ਨਹੀਂ ਗੱਲ ਕਰਦੇ 100 ਪਲੱਸ ਵੀਜ਼ਾ ਸਾਡੇ ਆਏ ਮਤਲਬ ਜਿਹੜੇ ਰਿਫਿਊਜ਼ ਹੋ ਗਏ ਸੀ ਔਰ ਉਸੇ ਆਫਰ ਲੈਟਰ ਉਸੇ ਆਫਰ ਲੈਟਰ ਤੇ ਉਸੇ ਕਾਲਜ ਦੇ ਵਿੱਚ ਉੱਥੇ ਹੀ ਭੇਜਦੇ ਦੁਆਰਾ ਉੱਥੇ ਹੀ ਭੇਜਦੇ ਵੀਜ਼ਾ ਲਗਵਾ ਬਿਲਕੁਲ ਇਹਦੀ ਬੈਨੀਫਿਟ ਕੀ ਹੋਇਆ ਬੱਚੇ ਨੂੰ ਫੀਸ ਮੜਵਾਉਣ ਦੀ ਲੋੜ ਨਹੀਂ ਪਈ ਇਹਦੇ ਵਿੱਚ ਬੱਚੇ ਦਾ ਉੱਥੇ ਪੈਸੇ ਕੱਟ ਕੇ ਵਾਪਸ ਨਹੀਂ ਆਏ ਸਾਡੇ ਕੋਲੋਂ ਨਵੀਂ ਆਫਰ ਲੈਟਰ ਨਹੀਂ ਮੰਗਾਈ ਸਾਡੇ ਕੋਲੋਂ ਉਹਨੇ ਦੁਆਰਾ ਕਾਲਜ ਦੀ ਫੀਸ ਨਹੀਂ ਭਰੀ ਅੱਛਾ ਜਿਹੜੇ ਹੁਣ ਰਿਫਿਊਜ਼ ਹੁੰਦੇ ਨੇ ਜਦੋਂ ਉਹ ਤੁਹਾਡੇ ਕੋਲ ਆਉਂਦੇ ਨੇ ਫਿਰ ਕੀ ਕਰਦੇ ਹੋ ਤੁਸੀਂ ਅਲਰੇਡੀ ਜਿਹੜੇ ਬੱਚੇ ਦਾ ਵੀਜ਼ਾ ਸਾਡੇ ਕੋਲ ਰਿਫਿਊਜ਼ ਨਹੀਂ ਹੋ ਰਿਹਾ ਜਿਹੜਾ ਬੱਚਾ ਆਲਰੇਡੀ ਸਾਡੇ ਕੋਲ ਕੇਸ ਲਗਵਾ ਰਿਹਾ ਜਿਨ੍ਹਾਂ ਆਲਰੇਡੀ ਵੀਜ਼ਾ ਰਿਫਿਊਜ਼ਡ ਹੈ ਸਾਡੇ ਕੋਲ ਰੀਲੌਂਚ ਕਰਨ ਵਾਸਤੇ ਆਏਗਾ ਅਸੀਂ ਕੋਈ ਪੈਸਾ ਉਹਨਾਂ ਤੋਂ ਚਾਰਜ ਨਹੀਂ ਕਰਾਂ ਅੱਛਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀਜ਼ਾ ਪੈਸੇ ਲੱਗਣ ਤੋਂ ਬਾਅਦ ਲਾਉਂਗਾ ਉਹ ਵੀ ਉਹ ਵੀ ਆਪਣੇ ਕੰਸਲਟੈਂਸੀ ਫੀਸ ਲੂੰਗਾ ਨਾ ਕਿ ਮੈਂ 2 4 5 ਲੱਖ ਰੁਪਏ ਲਵਾਂ ਆਪਾਂ ਨਹੀਂ ਕਹਿ ਰਹੇ ਕਿ ਉਹ ਜਾ ਕੇ ਆਪਣੇ ਪਹਿਲੇ ਕੰਸਲਟੈਂਟ ਕੋਲ ਜਾਵੇ ਉਹ ਜਾ ਕੇ ਬੋਲੇ ਕਿ ਮੇਰੇ ਮੇਰਾ ਰਿਫੰਡ ਕਰੋ ਔਰ ਮੇਰੇ ਕੋਲ ਆ ਕੇ ਦੁਬਾਰਾ ਅਪਲੀਕੇਸ਼ਨ ਫਾਈਲ ਕਰਾਓ ਸਾਡਾ ਸਿੰਪਲ ਜਿਹਾ ਸਿਸਟਮ ਹੈ ਕਿ ਜਿਹੜੇ ਬੱਚੇ ਦਾ ਕਾਲਜ ਉਹ ਕੋਰਸ ਸਹੀ ਸੀਗਾ ਅਸੀਂ ਉਸੇ ਆਫਰ ਲੈਟਰ ਦੇ ਉੱਤੇ ਬੱਚੇ ਦਾ ਵੀਜ਼ਾ ਫਿਰ ਰੀਲੋਕ ਚਾਕੇ ਵੀਜ਼ਾ ਦਵਾਵਾਂਗੇ ਔਰ ਇਹ ਕੋਈ ਟੈਸਟਿੰਗ ਨਹੀਂ ਆਪਾਂ ਆਲਰੇਡੀ ਨਹੀਂ ਕਰੀ ਜਾ ਰਹੇ ਹਾਂ ਮੇਰੇ ਕੋਲੋਂ ਘਰ ਤੋਂ ਵੱਡ ਸਰ ਪਿਛਲੇ 3 ਦਿਨਾਂ ਦੀ ਗੱਲ ਸਰ 3 ਦਿਨਾਂ ਦੀ ਗੱਲ ਕਰਾ ਕੋਈ 27 ਵੀਜ਼ਾ ਅਪਰੂਵ ਹੋਏ ਉਹਨਾਂ 27 ਵੀਜ਼ਾ ਦੇ ਵਿੱਚੋਂ 18 ਸਟੂਡੈਂਟ ਹੋਣ ਜਿਨ੍ਹਾਂ ਦਾ ਆਲਰੇਡੀ ਵੀਜ਼ਾ ਰਿਫਿਊਜ਼ ਹੈ ਨਹੀਂ ਫਿਰ ਤੁਹਾਡਾ ਤਜਰਬਾ ਹੈ ਜਾਂ ਕੀ ਗੱਲ ਹੈ ਤਜਰਬਾ ਹੀ ਹੈ ਕਿਉਂਕਿ ਆਪਣੇ ਹਰ ਕੇਸ ਨੂੰ ਆਪ ਦੇਖ ਰਹੇ ਹੈ ਦੋ ਤਿੰਨ ਸਟਰੀਮਸ ਨੇ ਕਾਮਰਸ ਹੈ ਮੈਡੀਕਲ ਹੈ ਨਾਨ ਮੈਡੀਕਲ ਹੈ ਆਰਟਸ ਹੈ ਤਾਂ ਉੱਥੇ ਹੁਣ ਕਿਵੇਂ ਰੈਲੇਵੈਂਟ ਹੋਵੇ ਜਿਹੜਾ ਰਿਲੇਟ ਕਰੇ ਕਿਸੇ ਕੋਰਸ ਨਾਲ ਜੇ ਕਿਸੇ ਪਲੱਸ 2 ਕਾਮਰਸ ਵਾਲ ਨੂੰ ਮੈਂ ਕਹਾਂ ਤੂੰ ਹੋਟਲ ਮੈਨੇਜਮੈਂਟ ਕਰਨ ਚਲੇ ਜਾ ਤਾਂ ਮੇਰੇ ਖਿਆਲ ਨਾਲ ਵੀਜ਼ਾ ਆਫਸਰ ਵੀਜ਼ਾ ਨਹੀਂ ਮਿਲ ਜਗਾ ਬੱਚਾ ਜਿਹੜਾ ਐਪਲਾਈ ਕਰਦਾ ਹੈ ਆਫਰ ਲੈਟਰ ਮੰਗਵਾਉਂਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਫੀਸ ਭਰੀ ਹੁੰਦੀ ਹੈ ਦੁਬਾਰਾ ਕਿਸੇ ਹੋਰ ਕੰਸਲਟੈਂਟ ਕੋ ਚਲੇ ਜਾਂਦਾ ਉਹ ਕਹਿੰਦੇ ਆਓ ਤੁਹਾਡੀ ਦਿਓ ਪੈਸੇ ਲਿਆਓ ਆਫਰ ਦੁਬਾਰਾ ਲੈਟਰ ਮਗਾਉਨੇ ਆ ਫਿਰ ਫੀਸ ਭਰਦਾ ਉਧਰੋਂ ਰਿਫੰਡ ਨਹੀਂ ਹੋਈ ਹੁੰਦੀ ਹੈਗੀ ਉਹ ਪੈਸੇ ਕੱਟ ਲੈਂਦੇ ਨੇ ਇਹ ਚੀਜ਼ ਨੂੰ ਕਿਵੇਂ ਹੁਣ ਤੁਸੀਂ ਮੈਨੇਜ ਕਰਦੇ ਹੁਣ ਸਾਡੇ ਕੋਲ ਕਿਉਂ ਆਏ ਬੱਚਾ ਕਿਸੇ ਕੋਲ ਸੋ ਜਾ ਉਹ 파ਟ ਨਹੀਂ ਹੈ 파ਟ ਇਹ ਕਿ ਤੁਸੀਂ ਜਿਨ੍ਹਾਂ ਜਿਨ੍ਹਾਂ ਕੋਲ ਜਾ ਰਹੇ ਹੋ ਉਹਨਾਂ ਕੰਸਲਟੈਂਟਰ ਤਜਰਬਾ ਕੀਏ ਸਾਨੂੰ ਇਸ ਇੰਡਸਟਰੀ ਵੀ 16 ਸਾਲ ਹੋ ਗਏ 16 ਸਾਲ ਤੋਂ ਇਸ ਇਸ ਵਪਾਰ ਨਾਲ ਜੁੜੇ ਹੋਇਆ ਔਰ ਆਈ ਥਿੰਕ ਸੋ 8000 ਤੋਂ ਵੱਧ ਜਿਆਦਾ ਸਟੂਡੈਂਟ ਹੰਤਖਬਾਰ ਪੇਚ ਚੁੱਕੇ ਢਿੱਲਿ ਪੋਸਟ ਪੰਜਾਬੀ ਦੇਖ ਰਿਹਾ ਹਾਂ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਸਟੂਡੈਂਟ ਵੀਜ਼ਾ ਤੇ ਕੈਨੇਡਾ ਜਾਂਦੇ ਨੇ ਪਰ ਕਈ ਵਾਰ ਹੁੰਦਾ ਕੀ ਹੈ ਕਿ ਵੀਜ਼ਾ ਰਿਫਿਊਜ਼ ਹੋ ਜਾਂਦਾ ਏ ਜਿਸ ਕਰਕੇ ਜਿਹੜੇ ਸਟੂਡੈਂਟ ਨੇ ਉਹ ਮਾਯੂਸ ਹੋ ਜਾਂਦੇ ਨੇ ਕਈ ਵਾਰੀ ਇੱਕ ਵਾਰ ਫੀਸ ਭਰਦੇ ਨੇ ਦੂਜੀ ਵਾਰ ਫੀਸ ਭਰਦੇ ਨੇ ਇਮੀਗ੍ਰੇਸ਼ਨ ਦੀ ਫੀਸ ਭਰਦੇ ਨੇ ਜਾਂ ਐਮਬੈਸੀ ਫੀਸ ਭਰਦੇ ਨੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਪਰ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਅੱਜ ਅਸੀਂ ਵਿਜ਼ਨ ਗਰੁੱਪ ਦੇ ਐਮ ਡੀ ਹਨੀਸ਼ ਉੱਪਲ ਹੋਰਾਂ ਦੇ ਨਾਲ ਸਵਾਗਤ ਹੈ ਜੀ ਤੁਹਾਡਾ ਸਸੇਕਲ ਜੀ ਥੈਂਕ ਯੂ ਜਿਨ੍ਹਾਂ ਨੇ ਹੁਣ ਤੱਕ ਹਜ਼ਾਰਾਂ ਸਟੂਡੈਂਟਸ ਦੇ ਵੀਜ਼ੇ ਲਵਾਏ ਨੇ ਤੇ ਖਾਸ ਗੱਲ ਇਹ ਵੀ ਹੈ ਕਿ ਜੇ ਵੀਜ਼ਾ ਰਿਫਿਊਜ਼ ਹੋ ਜਵੇ ਉਹ ਉਸੇ ਆਫਰ ਲੈਟਰ ਦੇ ਉੱਤੇ ਤੁਹਾਨੂੰ ਦੁਬਾਰਾ ਭੇਜ ਸਕਦੇ ਨੇ ਜਿਹੜੀ ਫੀਸ ਦਿੱਤੀ ਹੋਈ ਹੈ ਉਹਨੂੰ ਵੀ ਐਡਜਸਟ ਕਰ ਸਕਦੇ ਨੇ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਹਨੀਸ਼ ਜੀ ਜਿਸ ਢੰਗ ਦੇ ਨਾਲ ਵੀਜ਼ੇ ਜਿਹੜੇ ਨੇ ਰਿਫਿਊਜ਼ ਹੋ ਜਾਂਦੇ ਨੇ ਪਹਿਲਾਂ ਤਾਂ ਰਿਫਿਊਜ਼ ਹੋਣ ਦੇ ਰੀਜ਼ਨ ਕਿੰਨੇ ਕਨੇ ਮਲਟੀਪਲ ਰੀਜ਼ਨ ਨੇ ਜਾਂ ਉਹੀ ਗਿਣੇ ਛੁਨੇ ਰੀਜ਼ਨ ਹੁੰਦੇ ਨੇ ਨਹੀਂ ਸਰ ਦੇਖੋ ਜਿਹੜਾ ਵੀਜ਼ਾ ਰਿਫਿਊਜ਼ ਹੁੰਦਾ ਹੁੰਦਾ ਕਈ ਪੈਰਾਮੀਟਰ ਹੈ ਹਾਈ ਕਮਿਸ਼ਨ ਜਿਹੜਾ ਵੀਜ਼ਾ ਅਫੀਸਰ ਹੈ ਜੀ ਅਗਰ ਆਪਾਂ ਕਲਸਟਰੈਂਟ ਦੀ ਗੱਲ ਹੀ ਕਲਸਟਰੈਂਟ ਕਹਿੰਦਾ ਤੁਹਾਡਾ ਵੀਜ਼ਾ ਐਵੇਂ ਹੀ ਰਿਫਿਊਜ਼ ਕਰਤਾ ਵੀਜ਼ਾ ਅਫਸਰ ਨੇ ਵੀਜ਼ਾ ਅਫਸਰ ਪੜਿਆ ਲਿਖਿਆ ਸਮਝਦਾਰ ਬੰਦਾ ਉਹਨੇ ਹਜ਼ਾਰਾਂ ਤਜਰਬਾ ਹੁੰਦਾ ਵੀ ਕੰਮ ਕਰ ਪਰ ਐਵੇਂ ਹੀ ਰਿਫਿਊਜ਼ ਨਹੀਂ ਹੁੰਦਾ ਨਹੀਂ ਹੁੰਦਾ ਇਹ ਤਾਂ ਆਪਾਂ ਐਵੇਂ ਹੀ ਕਹਿ ਦਿੰਨੇ ਕਲਸਟਰੈਂਟ ਕਹਿੰਦਾ ਕਿ ਵੀਜ਼ਾ ਐਵੇਂ ਹੀ ਰਿਫਿਊਜ਼ ਕਰਤਾ ਇਸ ਦੁਆਰਾ ਰੀਲੌਂਚ ਕਰ ਦਿਓ ਉਹਦੇ ਕਈ ਪੈਰਾਮਟਰ ਕਹਿੰਦਾ ਰਸ਼ ਜ਼ਿਆਦਾ ਸੀਗਾ ਫਾਈਲਜ਼ ਜ਼ਿਆਦਾ ਸੀਗੀਆਂ ਕੋਰੋਨਾ ਕਰਕੇ ਰੁਕਿਆ ਹਰ ਇੱਕ ਬੰਦੇ ਦੀ ਜਵਾਬਦੇਂਦਾਰੀ ਹੈ ਜਿਹੜਾ ਵੀਜ਼ਾ ਅਫਸਰ ਹੈ ਜਿਨੇ ਤੁਹਾਡਾ ਵੀਜ਼ੇ ਦੀ ਫਾਈਲ ਖੋਲੀ ਕਿਸੇ ਬੱਚੇ ਦੀ ਉਹਨਾਂ ਦਾ ਰਿਫਿਊਜ਼ ਕਰਨ ਉਹ ਹੀ ਜਵਾਬਦੇਂਦਾਰ ਹੈ ਵੀਜ਼ਾ ਕਿਉਂ ਰਿਫਿਊਜ਼ ਕੀਤਾ ਉਹਨੂੰ ਪ੍ਰੋਪਰ ਉਹਦਾ ਕਾਰਨ ਲਿਖਣਾ ਪੈਣਾ ਬਿਲਕੁਲ ਲਿਖਣਾ ਪੈਂਦਾ ਹੁਣ ਜਿਹੜੇ ਵੀਜ਼ੇ ਮਾਰਕੀਟ ਦੇ ਵਿੱਚ ਰਿਫਿਊਜ਼ ਹੁੰਦੇ ਆ ਉਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਇੱਕ ਮੇਜਰ ਕਾਰਨ ਹੁੰਦਾ ਕੋਰਸ ਦੀ ਰੈਲੇਵੈਂਸੀ ਕਿ ਅਗਰ ਆਪਾਂ ਕੈਨੇਡਾ ਹਾਈ ਸੀਆਈਸੀ ਦੀ ਵੈਬਸਾਈਟ ਨੂੰ ਚੈੱਕ ਕਰੀਏ 30% ਵੀਜ਼ੇ ਰਿਫਿਊਜ਼ ਹੋ ਜਾਂਦਾ ਹੈ ਇੰਡੀਆ ਦੇ ਜੀ ਉਹ 30% ਦੇ ਵਿੱਚੋਂ ਉਹ ਪ੍ਰੋਫਾਈਲ ਜ਼ਿਆਦਾ ਹੁੰਦੀ ਜਿਹ ਬੱਚੇ ਦਾ ਕਾਲਜ ਨਹੀਂ ਸਹੀ ਬੱਚੇ ਦਾ ਕੋਰਸ ਨਹੀਂ ਸਹੀ ਜਾਂ ਬੱਚਾ ਐਲੀਜੀਬਲ ਹੀ ਨਹੀਂ ਸੀ ਪਹਿਲਾਂ ਆਪਾਂ ਕੋਰਸ ਦੀ ਗੱਲ ਕਰਦੇ ਹਾਂ ਵੀ ਕੋਰਸ ਕਿਵੇਂ ਸਹੀ ਨਹੀਂ ਹੈਗਾ ਹੁਣ ਕਿਸੇ ਨੇ ਪਲੱਸ 2 ਕੀਤੀ ਹੋਈ ਹੈ ਜਾਂ ਕੋਈ ਪੋਸਟ ਗ੍ਰੈਜੂਏਸ਼ਨ ਜਾਂਦਾ ਚਲੋ ਪਹਿਲਾਂ ਪਲੱਸ 2 ਵਾਲੇ ਬੱਚੇ ਦੀ ਗੱਲ ਕਰਦੇ ਹਾਂ ਦੋ ਤਿੰਨ ਸਟਰੀਮਸ ਨੇ ਕਾਮਰਸ ਹੈ ਮੈਡੀਕਲ ਹੈ ਨਾਨ ਮੈਡੀਕਲ ਹੈ ਆਰਟਸ ਹੈ ਤਾਂ ਉੱਥੇ ਹੁਣ ਕਿਵੇਂ ਰੈਲੇਵੈਂਟ ਹੋਵੇ ਜਿਹੜਾ ਰਿਲੇਟ ਕਰੇ ਕਿਸੇ ਕੋਰਸ ਨੂੰ ਦੇਖੋ ਸਭ ਤੋਂ ਵੱਡਾ ਰੈਲੇਵੈਂਸੀ ਹੈ ਕਿ ਮੰਨ ਲਓ ਕਿਸੇ ਬੱਚੇ ਨੇ ਪਲੱਸ 2 ਕਾਮਰਸ ਕੀਤੀ ਹੋਈ ਹੈ ਅਗਰ ਕਿਸੇ ਪਲੱਸ 2 ਕਾਮਰਸ ਵਾਲ ਨੂੰ ਮੈਂ ਕਹਾਂ ਤੂੰ ਹੋਟਲ ਮੈਨੇਜਮੈਂ ਤਾਂ ਮੇਰੇ ਖਿਆਲ ਨਾਲ ਵੀਜ਼ਾ ਆਫੀਸਰ ਵੀਜ਼ਾ ਨਹੀਂ ਮਿਲ ਦਿੰਦਾ ਜੀ ਇੰਡੀਆ ਦੇ ਵਿੱਚ ਅਗਰ ਮੈਂ ਕਿਸੇ ਪਲੱਸ 2 ਕਮਰਸ ਵਾਲੇ ਨੂੰ ਬੋਲਾਂ ਕਿ ਤੂੰ ਜਾ ਕੇ ਜੀ ਐਨ ਐਮ ਕਰਨ ਲੱਗ ਜਾ ਉਹਨੂੰ ਐਡਮਿਸ਼ਨ ਨਹੀਂ ਮਿਲੇਗੀ ਬਿਲਕੁਲ ਉਹ ਮੈਡੀਕਲ ਸਟਰੀ ਮੈਡੀਕਲ ਸਟਰੀਮ ਹੈ ਉਦਾਂ ਹੀ ਕੈਨੇਡਾ ਦੇ ਵਿੱਚ ਸਿਸਟਮ ਹੈ ਉਦਾਂ ਹੀ ਹਰ ਕੰਟਰੀ ਦਾ ਮੁਲਕ ਦਾ ਆਪਣਾ ਸਿਸਟਮ ਹੈ ਯੂਨੀਵਰਸਿਟੀ ਜਿਹੜੀਆਂ ਨੇ ਜਿਹੜੀ ਹਾਈ ਕਮਿਸ਼ਨ ਵੀਜ਼ਾ ਆਫੀਸਰ ਵੀਜ਼ਾ ਗ੍ਰਾਂਟ ਕਰਦਾ ਉਹ ਰੈਲੇਵੈਂਸੀ ਦੇ ਬਹੁਤ ਫੋਕਸ ਕਰਦਾ ਹੈ ਜੀ ਹੁਣ ਐਗਜ਼ਾਮਪਲ ਤੌਰ ਤੇ ਬੱਚੇ ਨੇ ਫਿਜ਼ਿਕ ਕੈਮਿਸਟਰੀ ਤੇ ਬਾਇਓਲੋਜੀ ਫੜੀ ਹੋਈ ਹੈ ਬੱਚਾ ਪਲੱਸ 2 ਪਾਸ ਅਗਰ ਉਹ ਫਿਜ਼ਿਕ ਕੈਮਿਸਟਰੀ ਬਾਇਓਲੋਜੀ ਦੇ ਵਿੱਚ ਅਪਲਾਈ ਕਰਨ ਦੀ ਬਜਾਏ ਕਿਸੇ ਹੋਰ ਰੈਲੇਵੈਂਟ ਦੇ ਕੋਰਸ ਤੇ ਅਪਲਾਈ ਕਰੇਗਾ ਉਹਨੂੰ ਵੀਜ਼ਾ ਨਹੀਂ ਮਿਲੇਗਾ ਦੂਸਰੀ ਗੱਲ ਬਹੁਤ ਸਾਰੇ ਬੱਚੇ ਪਲੱਸ 2 ਕਾਮਰਸ ਪਲੱਸ 2 ਕਾਮਰਸ ਦੇ ਵਿੱਚ ਨਾਨ ਮੈਡੀਕਲ ਮੈਡੀਕਲ ਵਿੱਚ ਮੈਥ ਲੈ ਲੈਂਦੇ ਆ ਹੁਣ ਬੱਚੇ ਨੇ ਪਲੱਸ 2 ਦੇ ਵਿੱਚ ਮੈਥ ਲੈ ਲਿਆ ਕਾਮਰਸ ਬੈਕਗ੍ਰਾਉਂਡ ਹੈ ਮੈਥ ਦੇ ਵਿੱਚ ਨੰਬਰ ਸਿਰਫ 33 ਹੈ ਉਸ ਬੱਚੇ ਦੇ ਹੁਣ ਜਿਹੜਾ ਕੋਰਸ ਉਹ ਕੈਨੇਡਾ ਪੜ੍ਹਨ ਵਾਸਤੇ ਜਾ ਰਿਹਾ ਹੈ ਉਸ ਕੋਰਸ ਵਿੱਚ ਮੈਥ ਇੱਕ ਮੇਜਰ ਸਬਜੈਕਟ ਹੈ ਤਾਂ ਵੀਜ਼ਾ ਅਫਸਰ ਵੀਜ਼ਾ ਨਹੀਂ ਦੇਗਾ ਜੀ ਤਾਂ ਯਾਨੀ ਕਿ ਇੱਕ ਪਾਸੇ ਕੋਰਸ ਦੀ ਰੈਲੇਵੈਂਸੀ ਇੰਪੋਰਟੈਂਟ ਹੈ ਦੂਜੇ ਪਾਸੇ ਬੱਚੇ ਦੇ ਸਬਜੈਕਟ ਦੇ ਕੋਰਸ ਸਬਜੈਕਟ ਕਿੰਨੇ ਉਹ ਵੀ ਬੜੇ ਇੰਪੋਰਟੈਂਟ ਰੋਲ ਅਦਾ ਕਰਦੇ ਹੈ ਅੱਛਾ ਇਹ ਤੋਂ ਅੱਗੇ ਤੁਸੀਂ ਕਹਿੰਦੇ ਵੀ ਕਾਲਜ ਵੀ ਕਈ ਵਾਰੀ ਗਲਤ ਚੁਣ ਹੋ ਜਾਂਦੇ ਕਾਲਜ ਕਿਵੇਂ ਗਲਤ ਚੁਣ ਹੋ ਜਾਂਦਾ ਉੱਥੇ ਰੈਪਿਊਟਡ ਕਾਲਜ ਹੈਗੇ ਨੇ ਕਿਵੇਂ ਗਲਤ ਚੁਣਿਆ ਜਾ ਸਕਦਾ ਆਪਾਂ ਪੰਜਾਬ ਵਿੱਚ ਰਹਿੰਦੇ ਆ ਆਪਾਂ ਨੂੰ ਸਾਰੀ ਯੂਨੀਵਰਸਿਟੀਆਂ ਦੀ ਰੈਪਿਊਟੇਸ਼ਨ ਬਾਰੇ ਪਤਾ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਕੀ ਰੈਪਿਊਟੇਸ਼ਨ ਹੈ ਪੰਜਾਬੀ ਯੂਨੀਵਰਸਿਟੀ ਦੀ ਕੀ ਰੈਪਿਊਟੇਸ਼ਨ ਹੈ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਕੀ ਰਿਪੋਰਟ ਸਭ ਨੂੰ ਪਤਾ ਜੀ ਜਿਹੜਾ ਵੀਜ਼ਾ ਆਫੀਸਰ ਕੈਨੇਡਾ ਐਮਬੈਸੀ 'ਚ ਬੈਠ ਕੇ ਕੰਮ ਕਰ ਰਿਹਾ ਉਹਨੂੰ ਆਪਣੇ ਕੰਟਰੀ ਦੇ ਸਾਰੇ ਕਾਲਜਿਸ ਦਾ ਬਾਇਓ ਡਾਟਾ ਹੁੰਦਾ ਹੀ ਹੈ ਕਿ ਇਹ ਕਾਲਜ ਵਧੀਆ ਹੈ ਇਹ ਕਾਲਜ ਮਾੜਾ ਹੈ ਅਗਰ ਆਪਾਂ 100 ਰਿਫਿਊਜ਼ਲਾਂ ਬੱਚਾ ਆਂਦੀਆਂ ਐ ਐਮਬੈਸੀ ਵੱਲੋਂ ਉਹਨਾਂ ਵਿੱਚ 99 ਰਿਫਿਊਜ਼ਲਾਂ ਤੇ ਇਹੀ ਲਿਖਿਆ ਹੁੰਦਾ ਹੈ ਕਿ ਤੂੰ ਵਾਪਸ ਨਹੀਂ ਆਏਂਗਾ ਜੀ ਉਹਦਾ ਸਭ ਤੋਂ ਵੱਡਾ ਕਾਰਨ ਵਾਪਸ ਆ ਨਾ ਆਂਦਾ ਕਾਰਨ ਕੀ ਹੁੰਦਾ ਹੈ ਕਿ ਬੱਚਾ ਜਿਸ ਕਾਲਜ ਦੇ ਵਿੱਚ ਅਪਲਾਈ ਕਰ ਰਿਹਾ ਹੈ ਉਹ ਕਾਲਜ ਦੀ ਰਿਪੂਟੇਸ਼ਨ ਵਧੀਆ ਨਹੀਂ ਹੈ ਜੀ ਅਗਰ ਆ ਦਾ ਵੀਜ਼ਾ ਨਹੀਂ ਮਿਲੇਗਾ। ਅਗਰ ਇਹੀ ਮੈਂ ਚੰਗੇ ਕਾਲਜ ਵੀ ਸਰਕਾਰੀ ਕਾਲਜ ਅਪਲਾਈ ਕਰਾਂਗਾ ਔਰ ਸਰਕਾਰੀ ਦੇ ਵਿੱਚ ਵੀ ਇੱਕ ਅੱਛੇ ਕਾਲਜ 'ਚ ਅਪਲਾਈ ਕਰਾਂਗਾ ਤਾਂ ਵੀਜ਼ਾ ਮਿਲੇਗਾ। ਤਾਂ ਕਾਲਜ ਵੀ ਹਰ ਚੀਜ਼ ਇੱਕ ਆਪਣਾ ਰੋਲ ਹੈ। ਕਾਲਜ ਦਾ ਵੀ ਇੱਕ ਆਪਣਾ ਰੋਲ ਹੈ। ਅਗਰ ਤੁਹਾਡਾ ਕਾਲਜ ਚੰਗਾ ਹੈ ਜੀ ਤੁਹਾਡਾ ਕੋਰਸ ਰੈਲੇਵੈਂਟ ਹੈ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ। ਅੱਛਾ ਇੱਕ ਹੋਰ ਗੱਲ ਜਿਵੇਂ ਹੁਣ ਮੈਂ ਸਟਾਰਟਿੰਗ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਬੱਚਾ ਜਿਹੜਾ ਇਹ ਅਪਲਾਈ ਕਰਦਾ ਆਫਰ ਲੈਟਰ ਮੰਗਵਾਉਂਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਫੀਸ ਭਰੀ ਹੁੰਦੀ ਹੈ ਦੁਬਾਰਾ ਕਿਸੇ ਹੋਰ ਕੰਸਲਟੈਂਟ ਕੋ ਚਲੇ ਜਾਂਦਾ ਉਹ ਕਹਿੰਦੇ ਆਓ ਤੁਹਾਡੀ ਦੇਓ ਪੈਸੇ ਲਿਆਓ ਆਫਰ ਦੁਆਰਾ ਲੈਟਰ ਮੰਗਾਉਨੇ ਆ ਫਿਰ ਫੀਸ ਭਰਦਾ ਉਧਰੋਂ ਰਿਫੰਡ ਨਹੀਂ ਹੋਈ ਹੁੰਦੀ ਹੈਗੀ ਉਹ ਪੈਸੇ ਕੱਟ ਲੈਂਦੇ ਨੇ ਇਹ ਚੀਜ਼ ਨੂੰ ਕਿਵੇਂ ਹੁਣ ਤੁਸੀਂ ਮੈਨੇਜ ਕਰਦੇ ਹੋ ਦੇਖੋ ਮੈਨੇਜ ਕਰਨ ਦਾ ਸਿਸਟਮ ਇਦਾਂ ਹੈ ਸਰ ਕਿ ਹੁਣ ਤੱਕ ਜੀ ਪਿਛਲੇ ਕਾਫੀ ਸਮੇਂ ਤੋਂ ਸਾਡੇ ਕੋਲ ਇਸ ਤਰ੍ਹਾਂ ਦੇ ਕਈ ਬੱਚਿਆਂ ਦੇ ਐਗਜ਼ਾਮਪਲ ਆਏ ਵੀਜ਼ੇ ਆਏ ਆ ਜਿਨ੍ਹਾਂ ਦੇ ਆਲਰੇਡੀ ਵੀਜ਼ੇ ਰਿਫਿਊਜ਼ ਸੀਗੇ ਹੁਣ ਦੋ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਪਹਿਲਾ ਇੱਕ ਬੱਚਾ ਉਹ ਆ ਜਿੰਦਾ ਕਾਲਜ ਤੇ ਕੋਰਸ ਗਲਤ ਸੀਗਾ ਉਹਦਾ ਤਾਂ ਕਾਲਜ ਤੇ ਕੋਰਸ ਬਦਲਣਾ ਪਏਗਾ ਇੱਕ ਇਹ ਵੀ ਇੱਕ 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 ਇਦਾਂ ਦਾ ਵੀ ਪਾਰਟ ਹੈ ਜਿੰਦੇ ਵਿੱਚ ਕਾਲਜ ਵੀ ਸਹੀ ਸੀ ਕੋਰਸ ਵੀ ਸਹੀ ਸੀਗਾ ਫਾਈਲ ਸਹੀ ਤਰੀਕੇ ਨਾਲ ਐਮਬੈਸੀਸ ਪ੍ਰੈਜ਼ੈਂਟ ਨਹੀਂ ਕੀਤੀ ਗਈ ਜਿਵੇਂ ਆਪਾਂ ਨੂੰ ਸਾਰੇ ਪਤਾ ਕਿ ਕੈਨੇਡਾ ਐਮਬੈਸੀ ਬਹੁਤ ਜ਼ਿਆਦਾ ਹਾਈ ਵੋਲਿਊਮ ਵਿੱਚ ਅਪਲੀਕੇਸ਼ਨਸ ਹੈ ਜਿਹੜਾ ਵੀਜ਼ਾ ਆਫੀਸਰ ਐਗਜ਼ਾਮਪਲ ਨਾਲ ਸਮਝੋ ਜਿਹੜਾ ਵੀਜ਼ਾ ਆਫੀਸਰ ਜਿਹਨੇ ਫਾਈਲ ਚੈੱਕ ਕਰਨੀ ਹੈ ਉਹਨੇ ਸਭ ਤੋਂ ਪਹਿਲਾਂ ਬੱਚੇ ਦੀ ਐਸਓਪੀ ਨੂੰ ਪੜ੍ਹਨਾ ਹੈ ਕਿ ਫਾਈਲ ਖੋਲਣ ਦਾ ਫਾਇਦਾ ਵੀ ਹੈ ਕਿ ਨਹੀਂ ਫਾਇਦਾ ਤੇ ਅਗਰ ਉਹ ਐਸਓਪੀ ਸਹੀ ਤਰੀਕੇ ਨਾਲ ਨਹੀਂ ਪ੍ਰੈਜ਼ੈਂਟ ਕੀਤੀ ਤਾਂ ਕਾਲਜ ਚੰਗਾ ਹੈ ਤੇ ਕੋਰਸ ਵੀ ਸਹੀ ਹੈ ਤਾਂ ਵੀਜ਼ਾ ਨਹੀਂ ਮਿਲਣਾ ਸਾਡੇ ਜਾਣਕਾਰੀ ਮੁਤਾਬਕ ਤਾਂ ਐਸਓਪੀ ਸੇਮ ਸੇਮ ਲਿਖੀਆਂ ਜਾਂਦੀਆਂ ਨੇ ਅੱਜ ਕੱਲ ਇੱਕੋ ਜਿਹੀਆਂ ਲਿਖੀਆਂ ਜਾਂਦੀਆਂ ਨੇ ਜ਼ਿਆਦਾਤਰ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਕਿ ਹਾਈ ਕਮਿਸ਼ਨ ਦੇ ਵਿੱਚ ਯਸ ਆਮ ਹਰ ਬੰਦੇ ਜਿਹੜਾ ਕਲਸਡੈਂਟ ਆ ਉਹਨੇ ਇੱਕ ਸੌਫਟਵੇਅਰ ਬਾਏ ਕੀਤਾ ਹੁੰਦਾ ਜਿੰਦੇ ਵਿੱਚ ਕਿਸੇ ਦੀ ਵੀ ਐਸਓਪੀ ਨਗਰ ਸਿਸਟਮ ਦੇ ਚ ਪਾਏਗਾ ਉਹ ਸਿਸਟਮ ਆਟੋਮੈਟਿਕਲੀ ਹਾਈਲਾਈਟ ਕਰ ਦਿੰਦਾ ਕਿ ਇਹ ਜਿਹੜੇ ਨੋਟਸ ਹੈ ਇਹ ਤੁਸੀਂ ਨੈਟ ਤੋਂ ਕਾਪੀ ਕੀਤੇ ਹੋਏ ਆ ਤੂੰ ਸੋਚੋ ਅੰਬੈਸੀ ਹੈ ਬਹੁਤ ਤੁਹਾਡੀ ਇੱਕ ਇੱਕ ਮੁਲਕ ਨੇ ਆਪਣੀ ਅੰਬੈਸੀ ਇੰਡੀਆ ਵਿੱਚ ਖੋਲੀ ਹੋਈ ਹੈ ਜਿਵੇਂ ਥੀਸਿਸ ਦੇ ਵਿੱਚ ਵੀ ਹੁੰਦਾ ਤੁਸੀਂ ਹੁੰਦਾ ਨਾ ਸੇਮ ਹੁਣ ਇਹ ਚੀਜ਼ ਦਾ ਹਰ ਬੰਦੇ ਨੂੰ ਪਤਾ ਹੈ ਕਲਚਰੈਂਟ ਕੀ ਕਰ ਰਿਹਾ ਹੈ ਕਿ ਇੱਕ ਐਸਓਪੀ ਆਪਣੇ ਵੱਲੋਂ ਤਿਆਰ ਕਰ ਰਿਹਾ ਹੁਣ ਜਿਹੜਾ ਐਸਓਪੀ ਤਿਆਰ ਕਰਨ ਵਾਲਾ ਜਿਹੜਾ ਸਟਾਫ ਹੁੰਦਾ ਅਗਰ ਉਹ ਬੀਏ ਪਾਸ ਹੈ ਕਿਹਾ ਹੁ ਤੁਸੀਂ ਸੋਚੋ ਮੈਡੀਕਲ ਦੀ ਐਸਓਪੀ ਬਣਾ ਸਕਦਾ ਉਹ ਕੀ ਕਰੇਗਾ ਨੈਟ ਤੋਂ ਕਾਪੀ ਕਰੇਗਾ ਜੀ ਤੇ ਉਹ ਜਿਹੜੀ ਐਸਓਪੀ ਦਾ ਪਾਰਟ ਹੈ ਉਹ ਬੜਾ ਇੰਪੋਰਟੈਂਟ ਪਾਰਟ ਹੁੰਦਾ ਹੁਣ ਇਹਦੇ ਵਿੱਚ ਕਾਲਜ ਤਾਂ ਸਹੀ ਸੀਗਾ ਕੋਰਸ ਵੀ ਸਹੀ ਸੀ ਪਰ ਪ੍ਰੈਜ਼ੈਂਟ ਨਹੀਂ ਕੀਤਾ ਅਸੀਂ ਲੋਕ ਕੀ ਕਰ ਰਹੇ ਆ ਅਸੀਂ ਲੋਕ ਜਿਹੜੇ ਬੱਚਿਆਂ ਦੀਆਂ ਕਾਲਜ ਸਹੀ ਸੀਗਾ ਕੋਰਸ ਵੀ ਸਹੀ ਸੀਗਾ ਵੀਜ਼ਾ ਰਿਫਿਊਜ਼ ਹੋ ਗਿਆ ਆਪਾਂ ਇਹ ਕਹਿ ਰਹੇ ਕਿ ਉਹ ਜਾ ਕੇ ਆਪਣੇ ਪਹਿਲੇ ਕਾਉਨਸਲ ਕੋਲ ਜਾਵੇ ਉਹ ਜਾ ਕੇ ਬੋਲੇ ਕਿ ਮੇਰੇ ਇੱਕ ਮੇਰਾ ਰਿਫੰਡ ਕਰੋ ਔਰ ਮੇਰੇ ਕੋਲ ਆ ਕੇ ਦੁਬਾਰਾ ਆਫਰ ਲੈਟਰ ਅਪਲਾਈ ਕਰੇ ਸਾਡਾ ਸਿੰਪਲ ਜਿਹਾ ਸਿਸਟਮ ਹੈ ਕਿ ਜਿਹੜੇ ਬੱਚੇ ਦਾ ਕਾਲਜ ਔਰ ਕੋਰਸ ਸਹੀ ਸੀਗਾ ਅਸੀਂ ਉਸੇ ਆਫਰ ਲੈਟਰ ਦੇ ਉੱਤੇ ਬੱਚੇ ਦਾ ਵੀਜ਼ਾ ਫੇਰ ਰੀਲੌਂਚ ਕਰਕੇ ਵੀਜ਼ਾ ਦਵਾਵਾਂਗੇ ਔਰ ਇਹ ਕੋਈ ਟੈਸਟਿੰਗ ਨਹੀਂ ਆਪਾਂ ਆਲਰੇਡੀ ਨੂੰ ਕਰੀ ਜਾ ਰਹੇ ਆ ਸਾਡੇ ਕੋਲੋਂ ਅਗਰ ਸੋਸ਼ਲ ਮੀਡੀਆ ਦੇਖੋ ਤਾਂ ਘਰ ਤੋਂ ਘਰ ਮੇਰੇ ਖਿਆਲ ਨਾਲ ਪਿਛਲੇ 1 ਮਹੀਨੇ ਦੇ ਵਿੱਚ 350 ਵੀਜ਼ਾਸ ਇਦਾਂ ਦੇ ਅਪਰੂਵ ਕਰਾਇਆ ਪਿਛਲੇ 2-डेढ़ ਦੋ ਮਹੀਨੇ ਚ ਕੱਲੇ ਪਿਛਲੇ ਮਹੀਨੇ ਗੱਲ ਕਰਦੇ 100 ਪਲੱਸ ਵੀਜ਼ਾ ਸਾਡੇ ਆਏ ਮਤਲਬ ਜਿਹੜੇ ਰਿਫਿਊਜ਼ ਹੋ ਗਏ ਸੀ ਔਰ ਉਸੇ ਆਫਰ ਲੈਟਰ ਤੇ ਉਸੇ ਕਾਲਜ ਦੇ ਵਿੱਚ ਉੱਥੇ ਹੀ ਭੇਜਦੇ ਦੁਆਰਾ ਉੱਥੇ ਹੀ ਭੇਜਦੇ ਵੀਜ਼ਾ ਲਗਵਾ ਕੇ ਬਿਲਕੁਲ ਇਹਦੀ ਬੈਨੀਫਿਟ ਕੀ ਹੋਇਆ ਬੱਚੇ ਨੂੰ ਫੀਸ ਮੜਵਾਉਣ ਦੀ ਲੋੜ ਨਹੀਂ ਪਈ ਇਹਦੇ ਵਿੱਚ ਬੱਚੇ ਦਾ ਉੱਥੇ ਪੈਸੇ ਕੱਟ ਕੇ ਵਾਪਸ ਨਹੀਂ ਆਏ ਸਾਡੇ ਕੋਲੋਂ ਨਵੀਂ ਆਫਰ ਲੈਟਰ ਨਹੀਂ ਮੰਗਾਈ ਸਾਡੇ ਕੋਲ ਉਹਨੇ ਦੁਆਰਾ ਕਾਲਜ ਦੀ ਫੀਸ ਨਹੀਂ ਭਰੀ ਇਹ ਮੈਂ ਥੋੜਾ ਜਿਹਾ ਹੋਰ ਇਹਦੇ ਵਿੱਚ ਜਾਨਣਾ ਚਾਹੁੰਦਾ ਮੰਨ ਲਓ ਆਫਰ ਲੈਟਰ ਪਹਿਲਾਂ ਮੰਗਵਾਈ ਸੀ ਉਹ ਕਿੰਨੇ ਕਿੰਨੇ ਪੈਸੇ ਲੱਗਦੇ ਨੇ ਦੂਜੀ ਵਾਰ ਮੰਗਵਾਈ ਕਿੰਨੇ ਪੈਸੇ ਬਚਦੇ ਨੇ ਫੇਰ ਇੱਕ ਤਾਂ ਇਹ ਦੱਸੋ ਅੱਜ ਦੇਖੋ ਨਾ ਕਿਸੇ ਵੀ ਕਾਲਜ ਦੀ ਆਫਰ ਲੈਟਰ ਮੰਗਾਨੀ ਹੈ 100 ਡਾਲਰ ਤੋਂ ਲੈ ਕੇ 250 ਡਾਲਰ ਆਫਰ ਲੈਟਰ ਦੀ ਫੀਸ ਹੈ ਅਪਰੋਕਸੀਮੇਟ ਲੈ ਕੇ ਚਲੋ 6000 ਤੋਂ ਲੈ ਕੇ 15000 ਰੁਪਏ ਆਫਰ ਲੈਟਰ ਦੀ ਫੀਸ ਲੱਗ ਜੇ ਦੂਜੀ ਵਾਰ ਮੰਗਵਾਈ ਤਾਂ 15000 ਰੁਪਏ ਹੋਰ ਲੱਗ ਹਰ ਵਾਰੀ ਆਫ ਇਵਨ ਕਿ ਹਰ ਵਾਰੀ ਨਹੀਂ ਹਰ ਕਾਲਜ ਦੀ ਆਫਰ ਲੈਟਰ ਦੇ अच्छा जे ਹੁਣ ਫੀਸ ਭਰੀ ਹੋਈ ਹੈ ਜਦੋਂ ਰਿਫੰਡ ਕਰਦੇ ਨੇ ਕੱਟਦੇ ਨੇ ਪੈਸੇ ਫੀਸ ਦੋ ਪਾਰਟ ਹੈ ਜੀ ਪਹਿਲਾਂ ਤਾਂ ਫੀਸ ਜਦੋਂ ਭਰਦਾ ਹੈ ਬੱਚਾ ਉਦੋਂ ਡਾਲਰ ਦਾ ਰੇਟ ਕੁਝ ਹੋਰ ਹੁੰਦਾ ਹੈ ਜੀ ਜਦੋਂ ਫੀਸ ਵਾਪਸ ਆਂਦੀ ਹੈ ਉਦੋਂ ਡਾਲਰ ਦਾ ਰੇਟ ਕੁਝ ਹੋਰ ਹੁੰਦਾ ਹੈ ਦੋ ਤੋਂ 3 ਰੁਪਏ ਡਾਲਰ ਦਾ ਡਿਫਰੈਂਸ ਤਾਂ ਹੀ ਹੈ ਉਸ ਤੋਂ ਬਾਅਦ ਜਦੋਂ ਫੀਸ ਬੱਚਾ ਭਰਦਾ ਹੈ ਮੰਨ ਲਓ ਐਗਜ਼ਾਮਪਲ ਕਿਸੇ ਬੱਚੇ ਨੇ 15000 ਡਾਲਰ ਫੀਸ ਕਾਲਜ ਨੂੰ ਭਰੀਏ ਤਾਂ ਕਾਲਜ ਕੋ 14800 ਹੀ ਪਹੁੰਚਨੇ ਹੈ ਜੀ 200 ਡਾਲਰ ਬੈਂਕ ਨੇ ਆਪਣੇ ਚਾਰजेस ਕੱਟ ਲੈਣੇ ਹੈ ਉਦੋਂ ਹੀ ਜਦੋਂ ਕਾਲਜ ਉੱਥੋਂ ਦੀ 500 ਡਾਲਰ ਆਪਣੇ ਐਡਮਿਨਿਸਟ੍ਰੇਸ਼ਨ ਫੀਸ ਜਾਂ 200 ਡਾਲਰ ਐਡਮਿਸ਼ਨ ਫੀਸ ਕੱਢਦਾ ਹੈ ਉੱਥੋਂ ਦੀ 14800 ਦੀ ਬਜਾਏ 14400 ਭੇਜਦਾ ਤਾਂ ਇੰਡੀਆ ਵੀ 14000 ਹੀ ਮਿਲਦੇ ਆ ਹੁਣ ਇਹ ਸਾਰੇ ਚੀਜ਼ਾਂ ਨੂੰ ਜੋੜ ਲਓ ਤਾਂ ਲੱਖ ਤੋਂ ਲੈ ਕੇ ਡੇਢ ਲੱਖ ਰੁਪਏ ਦਾ ਨੁਕਸਾਨ ਹੈ ਵੈਸੇ ਵੀ ਉਹ ਜਿਹੜਾ ਫੰਡ ਹੈ ਉਦੋਂ ਤੱਕ ਆਉਂਦਾ ਨਹੀਂ ਤੇ ਨੈਕਸਟ ਇਨਟੇਕ ਤੇ ਵਿੱਚ ਹੀ ਜਾਏਗਾ ਨਾ ਬੱਚਾ ਤਾਂ ਇਹਦੇ ਵਿੱਚ ਇੱਕ ਸਰਕ ਪ੍ਰੋਬਲਮ ਹੈ ਇਹਦੀ ਪ੍ਰੋਬਲਮ ਹੈ ਕਿ ਉਧਰੋਂ ਰਿਫੰਡ ਆਉਂਦਾ ਨਹੀਂ ਇਧਰੋਂ ਕੰਸਲਟ ਜਿਹੜੇ ਕਹਿੰਦਾ ਕਿ ਤੁਹਾਡੀ ਆਫਰ ਲੈਟਰ ਆ ਗਈ ਇਮੀਡੀਏਟ ਫੀਸ ਪਰ ਪਹਿਲਾਂ ਹੀ ਕਿਸੇ ਬੱਚੇ ਨੇ ਕਿਵੇਂ ਨਾ ਕਿਵੇਂ ਔਖੇ ਸੌਕੇ ਹੋ ਕੇ ਪੈਸੇ ਇਕੱਠੇ ਕੀਤੇ ਨੇ 15-20 ਲੱਖ ਰੁਪਏ ਜਿਹੜਾ ਉਧਰ ਫੀਸ ਦਿੱਤੀ ਹੈ ਉਸ ਤੋਂ ਬਾਅਦ ਦੁਬਾਰਾ ਉਹਨੇ ਪੈਸੇ ਕਿਵੇਂ ਇਕੱਠੇ ਹੋ ਸਕਦੇ ਨੇ ਮੁਸ਼ਕਿਲ ਹੈ ਜਿਹੜਾ ਮੀਡਲ ਕਲਾਸ ਬੰਦਾ ਨੇ ਜੀ ਉਹਦੇ ਖਾਤੇ ਹੀ ਲੱਖ ਰੁਪਏ ਬੜੇ ਔਖਾ ਇਕੱਠਾ ਹੁੰਦਾ ਹੈ ਕੈਨੇਡਾ ਜਾਣ ਲਈ 15-16 ਲੱਖ ਰੁਪਏ ਦਾ ਬਜਟ ਹੈ ਅਸੀਂ ਜਾਣਦੇ ਹਾਂ ਜੀ ਬੈਂਕ ਤੋਂ ਕੋਈ ਲੋਨ ਲੈਂਦਾ ਕੋਈ ਜੀਪੀਐਫ ਕਢਾਉਂਦਾ ਕੋਈ ਕਿਸੇ ਤੋਂ ਫੜਦਾ ਕੋਈ ਇਦਰੋਂ ਕਰਦਾ ਜੀ ਕੋਈ ਪ੍ਰਾਪਰਟੀਆਂ ਵੇਚ ਰਿਹਾ ਕੋਈ ਕੁਝ ਕਰ ਰਿਹਾ ਹੈ ਨਾ ਉਹ ਸਾਰਾ ਕੁਝ ਕਰਨ ਤੋਂ ਬਾਅਦ ਤੁਸੀਂ 15 ਲੱਖ ਰੁਪ ਤਾਂ ਸੋਚ ਲਓ ਕਿ ਬੱਚੇ ਨੂੰ ਵੀਜ਼ਾ ਅੱਛਾ ਦੂਜੀ ਵਾਰੀ ਪਤਾ ਨਹੀਂ ਵੀਜ਼ਾ ਆਣਾ ਕਿ ਨਹੀਂ ਆਣਾ ਅੱਛਾ ਹੁਣ ਦੱਸੋ ਇਹਦੇ ਵਿੱਚ ਮੰਨ ਲਓ ਰਿਫਿਊਜ਼ ਹੋਇਆ ਹੋਇਆ ਫੀਸ ਭਰੀ ਹੋਈ ਸੀਗੀ ਆਫਰ ਲੈਟਰ ਮੰਗਾਈ ਹੋਈ ਸੀਗੀ ਫੀਸ ਵੀ ਉਹੀ ਚੱਲ ਜੂਗੀ ਆਫਰ ਲੈਟਰ ਵੀ ਉਹੀ ਚੱਲ ਜੂਗੀ ਅਗਰ ਉਹਨਾਂ ਦਾ ਫੇਰ ਕਹਿ ਰਹੇ ਉਹਨਾਂ ਦਾ ਕਾਲਜ ਸਹੀ ਹੈ ਕੋਰਸ ਸਹੀ ਹੈ ਉਸੀ ਆਫਰ ਲੈਟਰ ਜਿਹੜੀ ਆਫਰ ਲੈਟਰ ਉਹਨਦੇ ਕੋਲ ਹੈ ਉਹਨਾਂ ਦਾ ਅਗਰ ਵੀਜ਼ਾ ਰਿਫਿਊਜ਼ ਹੋਗਾ ਉਸੀ ਆਫਰ ਲੈਟਰ ਦੇ ਉੱਤੇ ਉਸੀ ਜਿਹੜੀ ਕਾਲਜ ਫੀਸ ਭਰੀ ਉਸੀ ਐਲਓ ਲੈਟਰ ਮਿਲ ਜਾਂਦੀ ਹੈ ਉਹੀ ਬੱਚੇ ਦਾ ਮੈਡੀਕਲ ਚੱਲ ਜਾਣਾ ਹੈ ਉਹੀ ਬੱਚੇ ਜੀਏਸੀ ਚੱਲਣਾ ਹੈ ਉਸੇ ਇਨਟ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਉਹ ਹੁਕਮ ਦਾ ਬਿਮਾਰਕਟ ਜਿਹੜਾ ਆਲਰੇਡੀ ਦੇਡ ਦੇ ਸਾਲ ਤੱਕੇ ਖਾ ਰਿਹਾ ਹੈ ਰਿਫਿਊਜ਼ਲਾ ਲੈ ਕੇ ਹੁਕਮ ਦਾ ਪੈ ਕਿ ਮੇਰਾ ਉਸਨੇ ਦੋ ਵਾਰੀ ਉੜਾਤਾ 19 ਦੋ ਵਾਰੀ ਉੜਾਤਾ ਹਰ ਵਾਰੀ ਮੈਂ ਵੀਜ਼ਾ ਅਪਲਾਈ ਕਰਦਾ 1.5 ਲੱਖ ਕੱਢਦਾ ਅੱਜ ਮੇਰਾ ਜਿਹੜਾ ਜਿਹੜਾ 10 ਲੱਖ ਰੁਪਏ ਖਰਚੇ ਮੇਰੇ ਕੋਲ ਸੀਗਾ ਉਹਦਾ 10 ਦਾ ਮੇਰਾ 7 ਹੀ ਰਹਿ ਗਿਆ ਇਸ ਤੋਂ ਬਿਨਾਂ ਟਾਈਮ ਜਿਹੜਾ ਵਿੱਚ ਨਿਕਲ ਚੁੱਕਿਆ ਹੈ 1.5 ਸਾਲ ਯਾਰ ਕਰਕੇ ਬੈਸੀ ਵੀਜ਼ਾ ਨਹੀਂ ਦੇ ਰਹੀ ਤਾਂ ਉਹ ਸਾਰਾ ਕੁਝ ਜਿਹੜਾ ਉਹਦਾ ਨੁਕਸਾਨ ਨਹੀਂ ਹੈ ਉਹਦਾ ਲੱਗਣਾ ਅੱਛਾ ਇਹ ਇਹ ਹੁੰਦਾ ਕੀ ਹੈ ਕਿ ਹੁਣ ਇਮੀਗ੍ਰੇਸ਼ਨ ਜਿਹੜੇ ਕੰਸਲਟੈਂਟ ਨੇ ਉਹ ਬਹੁਤ ਜਗ੍ਹਾ ਨੇ ਹਨਾ ਤੇ ਕਈ ਵਾਰ ਹੁੰਦਾ ਮੇਰੇ ਮਾਸੀ ਦੇ ਮੁੰਡੇ ਨੇ ਇੱਥੋਂ ਲਵਾਇਆ ਹੈ ਆਪਾਂ ਵੀ ਉੱਥੋਂ ਲਵਾ ਲਈਏ ਕਈ ਵਾਰ ਜਦੋਂ ਚੋਣ ਕਰਨੀ ਹੈ ਹਨਾ ਕੰਸਲਟੈਂਟ ਦੀ ਉਹ ਕਿਵੇਂ ਕਰੇ ਹੁਣ ਹਰ ਇੱਕ ਤੁਸੀਂ ਵੀ ਆਪਣੇ ਆਪ ਨੂੰ ਕਹੋਗੇ ਕਿ ਮੈਂ ਬਿਹਤਰ ਹ ਕੋਈ ਹੋਰ ਕਹੂਗਾ ਮੈਂ ਬਿਹਤਰ ਨਹੀਂ ਸਾਡਾ ਤਾਂ ਸ਼ੁਰੂ ਤੋਂ ਇੱਕ ਸਿਸਟਮ ਰਿਹਾ ਜੀ ਜਦੋਂ ਵੀ ਵੀਜ਼ਾ ਅਪਲਾਈ ਕਰੋ 2 4 5 10 ਕਲਸੈਂਟ ਧੱਕੇ ਖਾਓ ਉਹਨਾਂ ਨੂੰ ਮਿਲੋ ਉਹਨਾਂ ਤੋਂ ਕਾਉਂਸਲਿੰਗ ਲੋ ਟਰਾਈ ਕਰੋ ਪਹਿਲਾਂ ਟਰਾਈ ਕਰੋ ਕਿਉਂਕਿ ਦੇਖੋ ਆਪਾਂ ਅਗਰ ਕੋਈ ਕਹਿੰਨਾ ਸਾਈਕਲ ਵੀ ਖਰੀਦਣਾ ਹੈ ਨਾ ਤਾਂ ਆਪਾਂ ਦੋ ਚਾਰ ਦੁਕਾਨਾਂ ਕੋਲ ਜਾਂਦੇ ਆਂ ਵੀ ਤੇਰਾ ਰੇਟ ਘੱਟ ਹੈ ਤੇਰੀ ਕੀ ਸਰਵਿਸ ਹੈ ਹੈ ਨਾ ਸਭ ਚੀਜ਼ਾਂ ਕਰਦੇ ਆਂ ਇੱਥੇ ਤਾਂ ਬੱਚੇ ਦਾ ਫਿਊਚਰ ਵੀ ਹੈ ਔਰ ਪੈਸੇ ਵੀ ਹੈ ਹੁਣ ਸਾਡੇ ਕੋਲ ਕਿਉਂ ਆਏ ਬੱਚਾ ਕਿਸੇ ਕੋਲ ਕਿਉਂ ਜਾ ਉਹ 파ਟ ਨਹੀਂ ਹੈ 파ਟ ਇਹ ਕਿ ਤੁਸੀਂ ਜਿਨ੍ਹਾਂ ਜਿਨ੍ਹਾਂ ਕੋਲ ਜਾ ਰਹੇ ਹੋ ਉਹਨਾਂ ਕੋਲ ਸਿਰ ਨਾ ਤਜਰਬਾ ਕੀ ਹੈ ਸਾਨੂੰ ਇਸ ਇੰਡਸਟਰੀ ਵੀ 16 ਸਾਲ ਹੋ ਗਏ 16 ਸਾਲ ਤੋਂ ਇਸ ਇਸ ਵਪਾਰ ਨਾਲ ਜੁੜੇ ਹੋਏ ਆਂ ਔਰ ਆਈ ਥਿੰਕ ਸੋ 8000 ਤੋਂ ਜ਼ਿਆਦਾ ਸਟੂਡੈਂਟ ਹੁਣ ਤੱਕ ਬਾਹਰ ਪੇਚ ਚੁੱਕੇ ਆ ਦੋ ਤਰ੍ਹਾਂ ਦਾ ਬਿਜ਼ਨਸ ਚੱਲਦਾ ਇਥੇ ਇੱਕ ਬਿਜ਼ਨਸ ਹੋਗਾ ਜਿੰਨੇ ਵੀ ਤੁਸੀਂ ਸਿਰਫ ਪੈਸਾ ਕਮਾਣਾ ਹੈ ਤੁਸੀਂ ਨਾਨ ਪ੍ਰੋਫੈਸ਼ਨਲ ਟ੍ਰੇਡ ਦੇ ਬੰਦੇ ਹੋ ਅੱਜ ਪ੍ਰੋਪਰਟੀ ਡੀਲਰ ਖੋਲੇ ਮੈਂ ਕਨਸਲਟੈਂਟ ਬਣ ਜਾਣਾ ਹੈ ਬਹੁਤ ਸਾਰੇ ਇਦਾਂ ਦੇ ਹੋਏ ਹੋਣਗੇ ਤਾਂ ਉਹ ਇੱਕ ਨਾਨ ਟ੍ਰੇਡ ਦਾ ਬੰਦਾ ਹੈ ਸਾਡੀ ਤਾਂ ਰੋਜੀ ਰੋਟੀ ਹੈ ਹੀ ਨਾ ਅੱਛਾ ਇਹਦੇ ਵਿੱਚ ਹੁਣ ਇੱਕ ਹੋਰ ਸਵਾਲ ਆ ਹਣீஸ் ਜੀ ਕਿ ਸਾਨੂੰ ਇਹ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਕਨਸਲਟੈਂਟ ਤਾਂ ਕਹਿੰਦੇ ਨੇ ਵੀ ਮੰਨ ਲਓ ਫਾਈਲ ਜਿਹੜੀ ਆ ਉਹਦੇ ਨਾਂ ਬੈਂਡ ਪੂਰੇ ਨੇ ਵਿਦਿਆਰਥੀ ਦੇ ਨ ਉਹ ਕਹਿੰਦਾ ਇਹ ਵੀ ਲਵਾ ਦੋਗੇ ਵੀਜ਼ਾ ਉਹ ਕਹਿੰਦੇ ਹਾਂਜੀ ਲਵਾ ਦਾਂਗੇ ਬਾਅਦ ਚ ਰਿਫਿਊਜ਼ ਹੋ ਜਾਣਾ ਬਲਕਿ ਚ ਫਾਈਲਸ ਚੱਕੀ ਜਾਣੀਆਂ ਜਿੰਨੇ ਪੈਸੇ ਆ ਗਏ ਕੁਝ ਆਫਰ ਲੈਟਰ ਦੇ ਵਿੱਚੋਂ ਕੁਝ ਜਿਹੜੀ ਫੀਸ ਆ ਉਹਦੇ ਵਿੱਚੋਂ ਜਿੰਨੀਆਂ ਵੀ ਚੀਜ਼ਾਂ ਨੇ ਉਹ ਉਹਨਾਂ ਨੂੰ ਬਚ ਜਾਂਦੇ ਨੇ ਉਸੇ ਤਰ੍ਹਾਂ ਢੰਗ ਨਾਲ ਇਹ ਕੰਮ ਚੱਲਦਾ ਰਹਿੰਦਾ ਉਹਨਾਂ ਨੂੰ ਵੀਜ਼ਾ ਲਗਵਾਉਣ ਦਾ ਨਹੀਂ ਪੈਸੇ ਫਾਈਲ ਜਾਵੇ ਪੈਸੇ ਆਉਣ ਬਸ ਇਹ ਹੈ ਤੁਸੀਂ ਦੇਖੋ ਨਾ ਕਿੰਨਾ ਵਧੀਆ ਕਾਰੋਬਾਰ ਹੈ ਸਾਡਾ ਇੱਕ ਬੋਲਾਂ ਹਾਂ ਤੇ ਪੈਸੇ ਕਮਾ ਲੈਣੇ ਕੋਈ ਸਾਡਾ ਸਟਾਕ ਤਾਂ ਵੇਚਦੇ ਨਹੀਂ ਆਪਾਂ ਕੋਈ ਮਾਲ ਨਹੀਂ ਦੁਕਾਨ ਦੀ ਚ ਰੱਖਿਆ ਹੋਇਆ ਤੁਹਾਡਾ ਐਕਸਪੀਰੀਅੰਸ ਤਜਰਬਾ ਹੈ ਤੁਸੀਂ ਡਾਕੂਮੈਂਟ ਦੇਖਣਾ ਤੁਸੀਂ ਹਾਂ ਬੋਲਣਾ ਤੁਹਾਨੂੰ ਪੈਸੇ ਆ ਜਾਣਗੇ ਮੈਂ ਤਾਂ ਉਹੀ ਗੱਲ ਕਰ ਰਿਹਾ ਦੋ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਪਹਿਲਾ ਇੱਕ ਉਹ ਲੋਕ ਹੈ ਜਿਹੜੇ ਇਸ ਕੰਮ ਨੂੰ ਜੈਨੂਨ ਤਰੀਕੇ ਨਾਲ ਕਰਦੇ ਪਏ ਆ ਪਿਛਲੇ ਇੰਨੇ ਸਾਲਾਂ ਤੋਂ ਇੰਨੇ ਚੰਗੇ ਚੰਗੇ ਕੰਸਲਟੈਂਟ ਮਾਰਕੀਟ ਦੇ ਵਿੱਚ ਹੈ ਜਿਨ੍ਹਾਂ ਦਾ ਨਾਮ ਇੰਨਾ ਨਹੀਂ ਹੈ ਬਟ ਕੰਮ ਦਾ ਤਜਰਬਾ ਬਹੁਤ ਵਧੀਆ ਹੈ ਇੱਕ ਪਾਸੇ ਉਹ ਵੀ ਕੰਸਲਟੈਂਟ ਜਿਨ੍ਹਾਂ ਦਾ ਕੰਮ ਇਹ ਨਹੀਂ ਹੈ ਪਰ ਉਹਨਾਂ ਨੇ ਕੰਮ ਖੋਲ ਲਿਆ ਤੇ ਉਹਨਾਂ ਦਾ ਕੰਮ ਖੋਲਣ ਦਾ ਤਰੀਕਾ ਕੀ ਹੈ ਕਿ ਉਹਨਾਂ ਨੇ ਆਪਣਾ ਸਟਾਫ ਹਾਇਰ ਕਰ ਲਿਆ ਉਹਨਾਂ ਨੂੰ ਟਾਰਗੇਟ ਦਿੱਤਾ ਕਿ ਤੁਸੀਂ ਸ ਸਟਾਫ ਦਾ ਕੀ ਕੰਮ ਹੈ انرੋਲਮੈਂਟ ਹੋਣੀ ਚਾਹੀਦੀ ਜਿੱਦਾਂ ਮਰਜ਼ੀ ਹੋ ਜਾਵੇ ਵੀਜ਼ਾ ਲੱਗੇ ਨਾ ਲੱਗੇ ਉਹਨਾਂ ਨੂੰ ਵੀਜ਼ੇ ਨਾਲ ਕੋਈ ਮਤਲਬ ਨਹੀਂ ਕਹਿੰਦੇ ਸਾਡੇ ਕੋਲ 100 ਬੰਦਾ ਆਇਆ ਉਹਨਾਂ ਵਿੱਚੋਂ 50 ਦੇ ਪੈਸੇ ਲੈਣੇ ਆ ਕਿੱਦਾਂ ਲੈਣੇ ਕਿਵੇਂ ਲੈਣੇ ਤੁਸੀਂ ਦੇਖਣਾ ਦੂਸਰੇ ਪਾਸੇ ਬਹੁਤ ਚੰਗੇ ਚੰਗੇ ਕੰਸਲਟੈਂਟਸ ਹੈ ਜਿਨ੍ਹਾਂ ਦਾ ਕੜਾ ਕਲੀਅਰ ਮੈਥਡ ਹੈ ਇਸ ਕਾਰੋਬਾਰ ਨੂੰ ਲੌਂਗ ਟਰਮ ਅਸੀਂ ਕਈ ਵਾਰੀ ਤੁਸੀਂ ਜਿਵੇਂ ਕੋਈ ਬੱਚਾ ਤੁਹਾਡੇ ਕੋਲ ਆਉਂਦਾ ਸਟੂਡੈਂਟ ਆਉਂਦਾ ਉਹਦੇ ਮਾਪੇ ਆਉਂਦੇ ਨੇ ਉਹਦੀ ਫਾਈਲ ਨਾ ਤਾਂ ਉਹਦੇ ਬੈਂਡ ਪੂਰੇ ਨੇ ਨਾ ਉਹ ਠੀਕ ਢੰਗ ਨਾਲ ਜਿਹੜੇ ਜ਼ਰੂਰੀ ਕਰਾਈਟੇਰੀਆ ਉਹ ਪੂਰਾ ਕਰਦਾ ਫਿਰ ਕਹਦੇ ਹੁੰਦੇ ਵੀ ਨਹੀਂ ਲੱਗ ਸਕਦਾ ਤੁਹਾਡਾ ਵੀਜ਼ਾ ਜਾਂ ਤੁਸੀਂ ਵੀ ਕਹਦੇ ਹੁੰਦੇ ਕੋਈ ਨਹੀਂ ਆਉਣ ਦਿਓ ਜਿਹੜੇ ਲੋਕ ਸਾਡੇ ਨਾਲ ਸੋਸ਼ਲ ਮੀਡੀਆ ਤੋਂ ਜੁੜੇ ਆਂ ਜਿਹੜੇ ਲੋਕ ਸਾਡੇ ਕੋਲ ਹੁਣ ਤੱਕ ਬਾਹਰ ਜਾ ਚੁੱਕੇ ਆਂ ਜਿਹੜੇ ਲੋਕ ਸਾਡੇ ਕੋਲ ਡੇਲੀ ਕਾਉਂਸਲਿੰਗ ਲੈ ਰਹੇ ਆ ਮੈਂ ਐਗਜ਼ਾਮਪਲ ਲਗਾ ਅਗਰ ਮੈਂ ਦਿਨ ਦੇ ਵਿੱਚ 15 ਸਟੂਡੈਂਟ ਨੂੰ ਮਿਲਦਾ ਤਾਂ ਮੇਰੇ ਖਿਆਲ ਨਾਲ ਮੈਂ 2 ਜਾਂ 3 ਸਟੂਡੈਂਟ ਨੂੰ ਹੀ ਹਾਂ ਕਰ ਪਾਨਾ ਮਤਲਬ 15 'ਚ ਅਗਰ ਮੈਂ 2 ਹਾਂ ਕਰਦਾ ਸੋਚੋ ਕਿੰਨੇ ਪਰਸੈਂਟ ਬੱਚਾ ਅਗਰ ਅੱਜ ਮੈਂ ਕਿਸੇ ਨੂੰ ਮਨਾ ਕਰਕੇ ਭੇਜ ਰਿਆਂ ਤਾਂ ਉਹ ਵੀ ਬੰਦਾ ਪੱਕਾ ਹੁੰਦਾ ਠੀਠ ਉਹ ਵੀ ਵੀਜ਼ਾ ਕਿਤੇ ਬਾਹਰ ਜ਼ਰੂਰ ਲਵਾਣ ਜਾਏਗਾ ਉਹ ਹੋਰ ਕੋਲ ਚਲੇ ਜਾਂਦਾ ਜਾਏਗਾ ਉਹ ਜਦੋਂ ਵੀਜ਼ਾ ਲਗਵਾਏਗਾ ਉਹਦਾ ਵੀਜ਼ਾ ਨਹੀਂ ਲੱਗੇ ਤਾਂ ਸਾਨੂੰ ਉਹਨੂੰ ਸਾਡੀ ਯਾਦ ਬੜੀ ਆਏਗੀ ਉਦੋਂ ਉਹ ਸਾਨੂੰ ਕਹੇਗਾ ਯਾਰ ਬੰਦਾ ਸਹੀ ਸੀ ਉਹਨੇ ਪਹਿਲੇ ਦਿਨ ਕਹੇਗਾ ਤਸੇ ਹੋਣਾ ਨਹੀਂ ਹੈਨਾ ਤਾਂ ਇਹ ਹਰ ਇੱਕ ਤੱਕ ਸਿਸਟਮ ਹੈ ਕੋਈ ਲੋਕ ਪੈਸੇ ਤੇ ਕੰਮ ਕੋਈ ਬ੍ਰਾਂਡ ਵੈਲਿਊ ਤੇ ਕੰਮ ਕਰਦਾ ਅੱਛਾ ਜਿਹੜੇ ਹੁਣ ਰਿਫਿਊਜ਼ ਹੁੰਦੇ ਨੇ ਜਦੋਂ ਉਹ ਤੁਹਾਡੇ ਕੋਲ ਆਉਂਦੇ ਨੇ ਫਿਰ ਕੀ ਕਰਦੇ ਹੋ ਤੁਸੀਂ ਅਜਿਹੜੀ ਜਿਹੜੇ ਬੱਚੇ ਦਾ ਵੀਜ਼ਾ ਸਾਡੇ ਕੋਲ ਰਿਫਿਊਜ਼ ਨਹੀਂ ਹੋ ਰਿਹਾ ਜਿਹੜਾ ਬੱਚਾ ਆਲਰੇਡੀ ਸਾਡੇ ਕੋਲ ਕੇਸ ਲਗਵਾ ਰਿਹਾ ਜਿਹਨਾਂ ਆਲਰੇਡੀ ਵੀਜ਼ਾ ਰਿਫਿਊਜ਼ਡ ਹੈ ਸਾਡੇ ਕੋਲ ਰੀਲੌਂਚ ਕਰਨ ਵਾਸਤੇ ਆਏਗਾ ਅਸੀਂ ਕੋਈ ਪੈਸਾ ਉਹਨਾਂ ਤੋਂ ਚਾਰਜ ਨਹੀਂ ਕਰਾਂਗੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਅੱਛਾ ਤੁਸੀਂ ਇਹ ਨਹੀਂ ਕਿ ਮੈਂ ਕਿਸੇ ਬੱਚਾ ਮੈਂ ਤੁਸੀਂ ਮੇਰੇ ਕੋਲ ਆਏ ਤੁਸੀਂ ਬੋਲੇ ਜੀ ਮੇਰਾ ਵੀਜ਼ਾ ਆਲਰੇਡੀ ਰਿਫਿਊਜ਼ਡ ਹੈ ਮੇਰੇ ਕੇਸ ਨੂੰ ਰੀਲੌਂਚ ਕਰ ਦਿਓ ਜਿਵੇਂ ਤੁਹਾਨੂੰ ਆਪਾ ਹੁਣੇ ਗੱਲ ਕਰ ਰਹੇ ਹਾਂ ਕਿ ਮੈਂ ਉਸੇ ਆਫਰ ਲੈਟਰ ਤੇ ਰੀਲੌਂਚ ਕਰੂੰਗਾ ਤੇ ਤੁਸੀਂ ਤੁਹਾਨੂੰ ਮੈਂ ਕਹਾਂ ਜੀ ਲਿਆਓ 50000 ਰੁਪਏ ਜਮ੍ਹਾਂ ਕਰਾਓ ਤੁਹਾਡਾ ਇੰਟੈਕ ਹੱਲੇ ਹੈਗਾ ਤੁਸੀਂ ਮੈਡੀਕਲ ਕਰਾ ਕੇ ਬੈਠੇ ਹੋ ਤੁਸੀਂ ਕੱਲੇ 150 ਡਾਲਰ ਆਪਣੀ ਫੀਸ 8000 ਰੁਪਏ ਜਮ੍ਹਾਂ ਕਰਾ ਕੇ ਕਰਾ ਦਿਓ ਅੰਬੈਸੀ 'ਚ ਤੇ ਮੈਂ ਤੁਹਾਡੀ ਫਾਈਲ ਨੂੰ ਰੀਲੌਚ ਕਰ ਦੂੰਗਾ ਮੈਂ ਵੀਜ਼ਾ ਲੱਗਣ ਤੇ ਪੈਸੇ ਲਵਾਂਗਾ ਵੀਜ਼ਾ ਪੈਸੇ ਲੱਗਣ ਤੋਂ ਬਾਅਦ ਲਵਾਂਗੇ ਉਹ ਵੀ ਉਹ ਵੀ ਆਪਣੀ ਕਨਸਲਡੈਂਸੀ ਫੀਸ ਲਵਾਂਗਾ ਨਾ ਕਿ ਮੈਂ 2 4 5 ਲੱਖ ਰੁਪਏ ਲਵਾਂਗਾ ਤਾਂ ਇਹਦੇ ਵਿੱਚ ਕੀ ਹੋਇਆ ਵਿਦਿਆਰਥੀ ਦੇ ਪੈਸੇ ਕਾਫੀ ਬਚ ਗਏ ਦੇ ਵਿੱਚ 1.5 2 ਲੱਖ ਜਿਹੜੀ ਆਪਾਂ ਪਹਿਲਾਂ ਕੱਲ ਲੱਗੀ ਪੈਸਾ ਬਚ ਗਿਆ ਸਮਾਂ ਬਚ ਗਿਆ ਸਮਾਂ ਬਚ ਗਿਆ ਉਹਨੂੰ ਪ੍ਰਾਈਵੇਟ ਕਾਲਜਾਂ ਦੇ پاسੇ ਕਿਉਂਕਿ ਜਦੋਂ ਬੱਚੇ ਦਾ ਵੀਜ਼ਾ ਉੱਡਦਾ ਹੈ ਨਾ ਤਾਂ ਕੰਸਲਟੈਂਟ ਪਹਿਲਾਂ ਕਹਿੰਦਾ ਉਧਰੋਂ ਰਿਫੰਡ ਲੇਟਾਂ ਤਾਂ ਪਹਿਲਾਂ ਪ੍ਰਾਈਵੇਟ ਕਾਲਜਾਂ ਦੇ پاسੇ ਅਪਲਾਈ ਕਰ ਲੈ ਪਰ ਇਹਦੇ ਵਿੱਚ ਅਸੀਂ ਕਿਵੇਂ ਮੰਨੀਏ ਜਾਂ ਸਟੂਡੈਂਟ ਤੁਹਾਨੂੰ ਜਿਹੜੇ ਹੁਣ ਸੁਣ ਰਹੇ ਨੇ ਦਰਸ਼ਕ ਉਹ ਕਿਵੇਂ ਮੰਨਣ ਕਿ ਤੁਸੀਂ ਉਹ ਵੀਜ਼ਾ ਲਵਾ ਦੋਗੇ ਜਿਹੜਾ ਪਹਿਲੇ ਕੰਸਲਟੈਂਟ ਤੋਂ ਨਹੀਂ ਲੱਗਿਆ ਹੈਗਾ ਮੇਰੇ ਕੋਲੋਂ ਘਰ ਤੋਂ ਘਟ ਸਰ ਪਿਛਲੇ 3 ਦਿਨਾਂ ਦੀ ਗੱਲ ਸਰ 3 ਦਿਨਾਂ ਦੀ ਗੱਲ ਕਰਾ ਕੋਈ 27 ਵੀਜ਼ਾਸ ਅਪਰੂਵ ਹੋਏ ਹਨ ਉਹਨਾਂ 27 ਵੀਜ਼ਾ ਦੇ ਵਿੱਚੋਂ 18 ਸਟੂਡੈਂਟ ਹੋਣ ਜਿਨ੍ਹਾਂ ਦਾ ਆਲਰੇਡੀ ਵੀਜ਼ਾ ਰਿਫਿਊਜ਼ਡ ਤਜਰਬਾ ਹੀ ਹੈ ਕਿਉਂਕਿ ਆਪਣਾ ਹਰ ਕੇਸ ਨੂੰ ਆਪ ਦੇਖ ਰਹੇ ਆਂ ਹਰ ਬੱਚੇ ਨੂੰ ਆਪ ਮਿਲਦੇ ਪਿਆ ਹਰ ਸਟੂਡੈਂਟ ਦੀ ਇਨਕੁਆਰੀ ਨੂੰ ਸਮਝਦੇ ਪਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਕੇਸ ਟੂ ਕੇਸ ਡਿਸਕਸ ਕਰ ਰਹੇ ਆਂ ਸਾਡਾ ਉਹ 파ਟ ਨਹੀਂ ਕਿ ਤੁਹਾਨੂੰ ਆਨ ਦਾ ਵੋਲਿਊਮ ਕਿ ਜਿਹੜਾ ਬੰਦਾ ਉਹਨਾਂ ਨੂੰ ਹਾਂ ਕਰਕੇ ਪਰਚੀ ਘੱਟੀ ਚੋਲੋ ਅਗੇ ਸਮਝੋ ਨਾ ਦੋ ਤਰੀਕੇ ਨੇ ਜਾਂ ਤਾਂ ਮੈਂ ਪੈਸੇ ਪਹਿਲਾਂ ਲੈ ਲਾਂ ਤੇ ਜਾਂ ਮੈਂ ਕੁਆਲਿਟੀ ਵਧੀਆ ਕਰ ਲਾਂ ਅਗਰ ਉਹ ਪੈਸੇ ਪਹਿਲਾਂ ਨਹੀਂ ਲੈ ਰਿਹਾ ਤਾਂ ਮੇਰਾ ਬੜਾ ਕਲੀਅਰ ਗੋਲ ਹੋਏਗਾ ਕਿ ਮੈਂ ਵੀਜ਼ਾ ਕੱਢਣਾ ਤੇ ਦੋ ਤਰੀਕੇ ਨੇ ਆਪਾਂ ਕਹਿੰਦੇ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਵੀਜ਼ਾ ਚਾਹੀਦਾ ਤੇ ਮੈਂ ਉਹ ਕੇਸ ਨੂੰ ਫੜੂਗਾ ਹੀ ਨਹੀਂ ਜਿੰਦੇ ਮੈਨੂੰ ਸ਼ੁਰੂ ਚ ਕੋਈ ਬਚਦਾ ਹੀ ਨਹੀਂ ਪਿਆ ਅੱਛਾ ਜਿਆਦਾਤਰ ਗਲਤੀਆਂ ਹੁਣ ਤੁਸੀਂ ਦੇਖਦੇ ਹੋਣੇ ਆ ਵੀਜ਼ਾ ਰਿਫਿਊਜ਼ ਹੋ ਕੇ ਆਉਂਦਾ ਤੁਹਾਡੇ ਕੋਲੇ ਉਹ ਕਮੈਂਟਸ ਲਿਖੇ ਹੁੰਦੇ ਨੇ ਕੀ ਦਿੱਕਤ ਜਿਆਦਾ ਕਿੱਥੇ ਆ ਰਹੀ ਹੈਗੀ ਤੁਸੀਂ ਦੋ ਚੀਜ਼ਾਂ ਦਾ ਦੱਸਿਆ ਵੀ ਨੇ ਕਿ ਗਲਤ ਕੋਰਸ ਜਾਂ ਗਲਤ ਜਿਹੜਾ ਕਾਲਜ ਚੁਣ ਲਿਆ ਜਾਂਦਾ ਹੋਰ ਕੋਈ ਕਾਰਨ ਸਭ ਤੋਂ ਵੱਡਾ ਕਾਰਨ ਇੱਕ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਖਾਸ ਕਰ ਉਹ ਬੱਚੇ ਜਿਹੜੇ ਮੈਰਿਡ ਕੇਸ ਹੈ ਅੱਛਾ ਬਹੁਤ ਸਾਰੇ ਬੱਚੇ ਪੰਜਾਬ ਦੇ ਵਿੱਚੋਂ ਮੈਰਿਜ ਕੇਸ ਸਪਾਊਸ ਕੇਸ ਨੂੰ ਅਪਲਾਈ ਕਰਦੇ ਆ ਗ੍ਰੈਜੂਏਸ਼ਨ ਤੋਂ ਬਾਅਦ ਉਹਨਾਂ ਦੇ ਮੰਦਰ ਵਿੱਚ ਇੱਕ ਬੜਾ ਸਿੰਪਲ ਜਿਹਾ ਐਗਜ਼ਾਮਪਲ ਹੈ ਬਹੁਤ ਸਾਰੇ ਬੱਚਿਆਂ ਦਾ ਹੁੰਦਾ ਜਿਹੜੇ ਗ੍ਰੈਜੂਏਟ ਆ ਕਿ ਮੈਂ ਉੱਥੇ ਕੈਨੇਡਾ ਜਾਣਾ ਹੈ ਪੜਨ ਆਸਤੇ ਮਾਸਟਰਸ ਪੋਸਟ ਗ੍ਰੈਜੂਏਟ ਡਿਪਲੋਮਾ ਜਾਂ ਮਾਸਟਰਸ ਕਰਨ ਆਸਤੇ ਜਾਣਾ ਹੈ ਜਦੋਂ ਮੈਂ ਕੈਨੇਡਾ ਜਾਵਾਂ ਤਾਂ ਉੱਥੇ ਜਾ ਕੇ ਮੈਂ 6 ਮਹੀਨੇ ਬਾਅਦ ਆਪਣੇ ਸਪਾਊਸ ਨੂੰ ਬੁਲਾਵਾਂ ਉਹ ਉਹਨਾਂ ਦਾ ਪੜਾਈ ਵਿੱਚ ਗੈਪ ਹੁੰਦਾ 2018 ਦੀ ਬੀਏ ਪਾਸ ਆਊਟ ਕੀਤੀ ਹੈ 4 ਸਾਲ ਦਾ ਪੜਾਈ ਵਿੱਚ ਗੈਪ ਹੈ 2 ਸਾਲ ਦੇ ਪ੍ਰੋਗਰਾਮ ਲਈ ਲਾਲਚ ਲਈ ਜਾਂਦੇ ਆ ਕਿਉਂ ਜਾਂਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਅਗਰ ਮੈਂ 2 ਸਾਲ ਦਾ ਮੈਨੂੰ ਕੋਰਸ ਮਿਲ ਜਵੇ ਤਾਂ ਮੈਨੂੰ ਸਰਕਾਰ ਤੇ ਅਗਰ 1 ਸਾਲ ਦਾ ਕੋਰਸ ਮੈਨੂੰ ਮਿਲ ਜਾਈਏ ਤਾਂ ਮੈਨੂੰ ਸਰਕਾਰ ਇੱਕ ਸਾਲ ਦਾ ਵਰਕ ਪਰਮਿਟ ਦੇ ਦਿੰਦੀ। ਵਰਕ ਪਰਮਿਟ ਘੱਟ ਮਿਲਣਾ ਬਈ। ਉਹ ਲਾਲਚ ਵਿੱਚ 2 ਸਾਲ ਦਾ ਕੋਰਸ ਅਪਲਾਈ ਕਰ ਦਿੰਦੇ। ਤੁਸੀਂ ਅਗਰ ਮੈਂ ਡਾਟਾਬੇਸ ਨੂੰ ਕੈਨੇਡਾ CIC ਵੈਬਸਾਈਟ ਦੇ ਸਾਬ ਨਾਲ ਡਾਟਾਬੇਸ ਚੱਕਾਂ ਤਾਂ ਮੈਕਸਿਮ ਬੱਚੇ ਉੱਦਾਂ ਦੇ ਮਾਰਕੀਟ ਵਿੱਚ ਰਿਫਿਊਜ਼ਲ ਨਾਲ ਲੱਗ ਹੁੰਦੇ ਪਏ ਆ। ਹੁਣ ਪ੍ਰੈਕਟੀਕਲੀ ਕਰੀਏ ਤਾਂ ਕੀ ਕਰਨਾ ਚਾਹੀਦਾ ਸੀ ਵੈਸੇ? ਇਸ ਸੂਰਤ ਤੇ ਬੱਚੇ ਨੂੰ 1 ਸਾਲ ਦਾ ਕੋਰਸ ਲੈਣਾ ਚਾਹੀਦਾ ਹੈ। 2 ਸਾਲ ਦਾ ਨਹੀਂ। ਪਰ ਉੱਥੇ ਫਿਰ ਵਰਕ ਪਰਮਿਟ ਇੱਕ 1 ਸਾਲ ਦਾ ਮਿਲਦਾ ਉਹਨਾਂ ਨੂੰ ਲੱਗਦਾ ਵੀ ਘੱਟ ਰਿਹਾ। ਜਿਹੜੇ ਬੱਚਾ ਗ੍ਰੈਜੂਏਟ ਪਾਸ ਆਊਟ ਹੈ ਉਹਦਾ ਗ੍ਰੈਜੂਏਸ਼ਨ ਤੋਂ ਬਾਅਦ 4-5 ਸਾਲ ਦਾ ਤਜਰਬਾ ਹੈ ਉਹਨੇ ਐਗਜ਼ਾਮਪਲ ਇੱਕ ਬੱਚੇ ਨੇ ਇੱਕ ਇੱਕ ਸਾਲ ਦਾ ਕੋਰਸ ਅਗਰ ਲੈਂਦਾ ਹੈ ਉਹਨੂੰ ਇੱਕ ਤੁਸੀਂ ਐਗਜ਼ਾਮਪਲ ਆਪਣੇ ਤੇ ਲੈ ਕੇ ਚੱਲੋ ਮੈਂ 2 ਸਾਲ ਵਾਲੇ ਪ੍ਰੋਗਰਾਮ ਤੇ ਜਾ ਰਿਹਾ ਤੇ ਮੇਰੀ ਫੀਸ 15000 ਡਾਲਰ ਸਾਲ ਦੀ ਹੈ ਯਾਨੀ ਮੈਂ 2 ਸਾਲ 30000 ਡਾਲਰ ਪੜ੍ਹਨੇ ਆ ਇਹ 30000 ਡਾਲਰ ਪੜ੍ਹਨ ਦੀ 30000 ਡਾਲਰ ਦੇਣ ਲਈ ਮੈਨੂੰ 18 ਮੋਡਿਊਲ ਪੜ੍ਹਨੇ ਪੈਣੇ ਮੋਡਿਊਲ ਬੇਸ ਤੇ ਕੰਮ ਚੱਲਦਾ ਹੈ ਉਹੀ ਤੁਸੀਂ ਇੱਕ ਸਾਲ ਦਾ ਕੋਰਸ ਲਿੱਤਾ ਤੁਹਾਨੂੰ ਫੀਸ 15000 ਰਹੇਗੀ ਤੁਸੀਂ ਮੋਡਿਊਲ ਪੜ੍ਹਨੇ 14 ਤੁਹਾਡੇ ਤੇ ਮੇਰੇ ਵਿੱਚ ਫਰਕ ਕੀ ਹੈ ਤੁਹਾਡੇ 15000 ਡਾਲਰ ਬਚ ਗਏ ਜੀ ਇਟ ਮੀਨਸ ਤੁਹਾਡਾ 10 ਲੱਖ ਬਚਦਾ ਪਿਆ ਆਪਾਂ ਇੰਡੀਆ ਦੇ ਵਿੱਚ ਵੀ ਕਈ ਵਾਰ ਲੇਟਰ ਐਂਟਰੀ ਲੈਣੇ ਆ ਤੇ ਆਲਰੇਡੀ ਅਗਰ ਬੱਚਾ ਗ੍ਰੈਜੂਏਟ ਹੈ ਪੜ੍ਹਾਈ ਦੇ ਵਿੱਚ ਗੈਪ ਹੈ ਉਹਦਾ ਮਕਸਦ ਕੀ ਹੈ ਮੈਂ ਕੈਨੇਡਾ ਇੱਕ ਇਮੀਡੀਏਟ ਐਦਾਂ ਦੀ ਕੁਆਲਿਫੀਕੇਸ਼ਨ ਕਰਕੇ ਵਾਪਸ ਇੰਡੀਆ ਆ ਜਾ ਹੁਣ ਇਹੀ ਬੱਚਾਗਾ 2 ਸਾਲ ਵਾਲਾ ਪ੍ਰੋਗਰਾਮ ਅਪਲਾਈ ਕਰੇਗਾ ਉਹਨੂੰ ਵੀਜ਼ਾ ਨਹੀਂ ਮਿਲੇਗਾ ਕਿਉਂਕਿ ਉਹਨੂੰ ਕਲੀਅਰ ਅੰਬੈਸੀ ਨੂੰ ਸਮਝ ਆ ਰਿਹਾ ਹੈ ਕਿ ਇਹ 3 ਸਾਲ ਦਾ ਵਰਕ ਪਰਮਿਟ ਯਸ 3 ਸਾਲ ਦਾ ਵਰਕ ਪਰਮਿਟ ਲੈਣਾ ਚਾਹੁੰਦਾ ਹੈ ਬਿਲਕੁਲ ਹੁਣ ਮੈਂ ਆਪਾਂ ਲੋ ਕੀ ਕਰ ਰਹੇ ਬੱਚਾ 1 ਸਾਲ ਦਾ ਪ੍ਰੋਗਰਾਮ ਇੰਡੀਆ ਤੋਂ ਲੈ ਕੇ ਗਿਆ ਐਗਜ਼ਾਮਪਲ ਅੱਜ ਮੈਂ ਬੱਚਾ ਇਗਜ਼ਾਮਪਲ ਅਗਰ ਅੱਜ ਬੱਚਾ IBM ਦਾ ਕੋਰਸ ਲੈ ਕੇ ਚਲਾ ਗਿਆ ਮੈਂ ਮੰਨ ਲਓ ਅੱਜ 2 ਸਾਲ ਦਾ IBM ਦਾ ਕੋਰਸ ਲੈ ਕੇ ਇੰਡੀਆ ਤੋਂ ਚਲੇ ਜਾਣਾ ਚਲੋ ਮੇਰਾ ਵੀਜ਼ਾ ਵੀ ਲੱਗ ਗਿਆ ਤੁਸੀਂ ਇੰਡੀਆ ਤੋਂ 1 ਸਾਲ ਦਾ IBM ਦਾ ਕੋਰਸ ਲੈ ਕੇ ਗਏ ਤੁਸੀਂ ਅਗਲੇ ਸਾਲ 1 ਸਾਲ ਦਾ ਹੋਰ ਕੋਰਸ ਲੈ ਲਿਆ GBM ਤੇ ਮੈਂ 2 ਸਾਲ IBM ਕਰ ਲਈ ਤੁਸੀਂ 2 ਸਾਲ ਵਿੱਚ IBM ਤੇ GBM ਕਰ ਲਈ ਉਹਨੂੰ ਹੀ 2 ਸਾਲ 1+1 ਕਰਕੇ ਵੀ 3 ਸਾਲ ਦਾ ਵਰਕ ਪਰਮਿਟ ਹੈ ਤੇ ਮੈਨੂੰ 2 ਸਾਲ ਪੜ੍ਹ ਕੇ ਵੀ 3 ਸਾਲ ਦਾ ਹੈ ਤੁਹਾਡੇ ਕੋਲ 2 ਡਿਗਰੀ ਹੈ ਮੇਰੇ ਕੋਲ 1 ਡਿਗਰੀ ਹੈ ਯਾਨੀ ਮੇਰੇ ਤੋਂ ਵੱਧ ਜੌਬ ਤੁਹਾਨੂੰ ਮਿਲਣਗੀ ਚੰਗੀ ਤਾਂ ਉਹ ਜਿਹੜੀ ਬੇਸਿਕ ਚੀਜ਼ ਹੈ ਬੱਚੇ ਨੂੰ ਕਨਵਿੰਸ ਨਹੀਂ ਕਰ ਪਾਂਦਾ ਕਲਸਰਨ ਕਲਸਰਨ ਬੱਚਾ ਜਾਂਦਾ ਕਿ ਜੋ ਮੈਂ ਕਹਾਂ ਕਲਸਰਨ ਮੇਰੀ ਹਾਂ ਤੇ ਹਾਂ ਮਿਲਾ ਦਵੇ ਅੱਛਾ ਪ੍ਰੈਕਟੀਕਲ ਪੋਸੀਬਲ ਨਹੀਂ ਹੈ ਬਿਲਕੁਲ ਅੱਛਾ ਜਿਹੜੀਆਂ ਚੀਜ਼ਾਂ ਨੇ ਕੋਈ ਜਿਸ ਢੰਗ ਦੇ ਨਾਲ ਜਿਹੜੇ ਵਿਦਿਆਰਥੀ ਲਗਾਤਾਰ ਜਾਂਦੇ ਨੇ ਜਦੋਂ ਜਦੋਂ ਵਿਦਿਆਰਥੀ ਜਾਂਦੇ ਨੇ ਤਾਂ ਉੱਥੇ ਕਾਫੀ ਦਿੱਕਤਾਂ ਹੁੰਦੀਆਂ ਨੇ ਜਿਵੇਂ ਤੁਸੀਂ ਦੱਸਿਆ ਵੀ ਸੁਪਾਊਸ ਕੇਸ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ ਸਟੂਡੈਂਟ ਵੀਜ਼ੇ ਦੇ ਵਿੱਚ ਤੁਸੀਂ ਦੱਸਿਆ ਕਿ ਕਾਲਜ ਤੇ ਕੋਰਸ ਦੀ ਹੈ ਕੋਈ ਹੋਰ ਵੀ ਸਟੂਡੈਂਟ ਵੀਜ਼ੇ ਦੇ ਕੋਈ ਫੰਡਸ ਦੀ ਕੋਈ ਜੀਆਈਸੀ ਦੀ ਜਾਂ ਕੋਈ ਸਹੀ ਜਾਣਕਾਰੀ ਕਈ ਵਾਰ ਨਹੀਂ ਉਪਲਬਧ ਕਰਾਉਂਦੇ ਹੈਗੇ ਕਈ ਵਾਰ ਸਰਟੀਫਿਕੇਟਸ ਦੀ ਹੁੰਦੀ ਹੈ ਕੋਈ ਨਹੀਂ ਇਹ ਵੀ ਇਹ ਵੀ ਸਾਰਾ ਪਾਰਟ ਹੈ ਦੇਖੋ ਜਿਵੇਂ ਆਪਾਂ ਕਹਿ ਰਹੇ ਨੇ 2 ਸਾਲ ਉਹ 1 ਸਾਲ ਦਾ ਮੁੱਦਾ ਉਹਦੇ ਚ ਇੱਕ ਹੋਰ ਬੜਾ ਵੱਡਾ ਪਾਰਟ ਹੈ ਜਦੋਂ ਬੱਚੇ ਦੇ ਨੰਬਰ 6 ਈਚ ਆ ਜਾਣ ਉਹਨੂੰ ਐਸਟੀਐਸ ਕੈਟਾਗਰੀ ਆਪਾਂ ਮੰਨਦੇ ਹਾਂ ਪੁਰਾਣੀ ਸੋਚ ਦੇ ਸਬੰਧ ਨਵਾਂ ਨਵੀਂ ਟੈਕਨੋਲੋਜੀ ਨਾਲ ਆਪਾਂ ਕੰਮ ਕਰ ਰਹੇ ਹਾਂ ਜੀ ਪੁਰਾਣੀ ਸੋਚ ਕੀ ਹੈ ਕਿ ਬੱਚਾ 2 ਸਾਲ ਦਾ ਪ੍ਰੋਗਰਾਮ ਲੈਂਦਾ ਹੈ 1 ਸਾਲ ਦੀ ਫੀਸ ਭਰ ਰਿਹਾ ਹੈ 1 ਸਾਲ ਦਾ ਫੀਸ ਦੇ ਨਾਲ ਜੀਆਈਸੀ ਭਰ ਦਿੰਦਾ ਹੈ ਉਸ ਤੋਂ ਬਾਅਦ ਵੀਜ਼ਾ ਲੌਂਚ ਕਰਦਾ ਕਿਉਂਕਿ ਕੈਨੇਡਾ ਅੰਬੈਸੀ ਕਹਿੰਦੀ ਤੁਹਾਡੇ ਕੋਲ 1 ਸਾਲ ਦੀ ਫੀਸ ਤੁਸੀਂ ਭਰਦੀ ਤੁਹਾਡੇ 6 ਸੀਚ ਬੈਂਡ ਹੈ ਜੇ ਤੁਸੀਂ ਐਸਡੀਐਸ ਕੈਟਾਗਰੀ ਲਈ ਫਾਲ ਕਰਦੇ ਹੋ ਕੋਵਿਡ ਤੋਂ ਬਾਅਦ ਅੰਬੈਸੀ ਕਹਿੰਦੀ ਅਗਲੇ ਸਾਲ ਦੀ ਫੀਸ ਕੌਣ ਦੇਗਾ ਅਗਰ ਬੱਚਾ ਆਪਣੇ 2 ਸਾਲ ਦੇ ਪ੍ਰੋਗਰਾਮ ਲਈ ਅਪਲਾਈ ਕਰ ਰਿਹਾ ਪਲੱਸ 2 ਪਾਸ ਆਊਟ ਹੈ ਜਾਂ ਗ੍ਰੈਜੂਏ 2 ਸਾਲਲੇ ਪ੍ਰੋਗਰਾਮ ਲਈ ਅਪਲਾਈ ਕਰ ਰਿਹਾ ਇੱਕ ਸਾਲ ਦੀ ਫੀਸ ਆਲਰੇਡੀ ਭਰ ਚੁੱਕਾ ਹੈ ਜੀਆਈਸੀ ਭਰ ਚੁੱਕਾ ਹੈ ਅਗਲੇ ਸਾਲ ਜਿੰਨੇ ਫੰਡਸ ਉਹਨੂੰ ਦਿਖਾਣੇ ਪੈਣਗੇ ਜਦੋਂ ਬੱਚੇ ਤੇ 6 ਸੀ ਚਾਹੀਉਂ ਲੱਗਦਾ ਹੈ ਮੇਰਾ ਕੇਸ ਤਾਂ ਬਿਲਕੁਲ ਸਿੱਧਾ ਹੈ ਇਸ ਤਰ੍ਹਾਂ ਦੇ ਵੀ ਕਈ ਰੀਜ਼ਨ ਹੁੰਦੇ ਰਿਫਿਊਜ਼ਲ ਦੇ ਜੀ ਬੱਚਾ ਆਪਣਾ ਫਾਈਨੈਂਸ਼ੀਅਲਸ ਨਾਲ ਲਗਾਵੇ ਬੱਚੇ ਨੇ ਆਪਣਾ ਇਨਕਮ ਸੋਰਸ ਨਾਲ ਲਗਾਵੇ ਇਹ ਦੱਸੇ ਕੈਨੇਡਾ ਐਮਬੈਸੀ ਨੂੰ ਕਿ ਮੇਰੇ ਕੋਲ ਫਾਈਨੈਂਸ਼ੀਅਲ ਇਨਾਫ ਪੈਸਾ ਹੈ ਮੇਰੇ ਪੇਰੈਂਟਸ ਕੋ ਕਿ ਅਗਲੇ ਸਾਲ ਮੇਰੇ ਪੇਰੈਂਟਸ ਫੀਸ ਭਰ ਸਕਣਗੇ ਅੱਛਾ ਇਹ ਦੱਸੋ ਕਿ ਬਹੁਤ ਸਾਰੇ ਹੁਣ ਸ ਜਾਂ ਕਈ ਵਾਰ ਹੁਣ ਜਿਹੜੇ ਹੋਰ ਪ੍ਰੋਵਿੰਸਿਸ ਨੇ ਉੱਥੇ ਵੀਜ਼ਾ ਸਕਸੈਸ ਜ਼ਿਆਦਾ ਹੈ ਤੁਸੀਂ ਕਿੱਥੇ ਸੁਜੈਸਟ ਕਰਦੇ ਹੋ ਬੜੀ ਪ੍ਰੈਕਟੀਕਲ ਜੀ ਗੱਲ ਹੈ ਨਾਰਮਲੀ ਪੰਜਾਬ ਦਾ ਇੱਕ ਮਾਈਂਡ ਸੈਟਅਪ ਹੈ ਮੈਂ ਉੱਥੇ ਜਾਣਾ ਜਿੱਥੇ ਮੇਰੀ ਮਾਸੀ ਰਹਿੰਦੀ ਹੈ ਜਾਂ ਜਿੱਥੇ ਮਾਸੀ ਦਾ ਮੁੰਡਾ ਪਹਿਲਾਂ ਗਿਆ ਪਹਿਲਾਂ ਗਿਆ ਯਾਨੀ ਆਪਣੀ ਪਹਿਲੀ ਪ੍ਰੈਫਰੈਂਸ ਆ ਗਈ ਪ੍ਰੋਵਿੰਸ ਦੂਜੀ ਪ੍ਰੈਫਰੈਂਸ ਆ ਗਈ ਯਾਰ ਉਹ ਕਾਲਜ ਜਾਣਾ ਜਿੱਥੇ ਜਿੱਥੇ ਪੜ੍ਹਾਈ ਸੌਖੀ ਹੈ ਤੀਜੀ ਪ੍ਰੈਫਰੈਂਸ ਆ ਗਈ ਕਾਲਜ ਕੋਰਸ ਜੀ ਅਸੀਂ ਉਲਟਾ ਚੱਲ ਰਹੇ ਹਾਂ ਸਾਡੀ ਪਹਿਲੀ ਪ੍ਰੈਫਰੈਂਸ ਹੈ ਕੋਰਸ ਚੰਗਾ ਕਿੱਥੇ ਹੈ ਦੂਜੀ ਪ੍ਰੇਫਰੈਂਸ ਉਹ ਚੰਗਾ ਕੋਰਸ ਕਿਹੜੇ ਕਾਲਜ ਵਿੱਚ ਹੈ ਤੀਜੀ ਪ੍ਰੇਫਰੈਂਸ ਹੈ ਉਹ ਕਾਲਜ ਪ੍ਰੋਵਿੰਸ ਕਿੱਥੇ ਹੈ ਨਹੀਂ ਉਹ ਕਹਿੰਦੇ ਸਾਨੂੰ ਸਾਂਭੂਗਾ ਜਦੋਂ ਅਸੀਂ ਜਾਵਾਂਗੇ 에ਅਰਪੋਰਟ ਤੋਂ ਲੈਣ ਆਊਗਾ ਉੱਥੇ ਅਸੀਂ ਆਵਾਂਗੇ ਰਹਿਣ ਰਹਿਣ ਲਈ ਸਾਨੂੰ ਸੌਖਾ ਹੋ ਜਾਏਗਾ ਅੱਜ ਅਗਰ ਮਾਸੀ ਦਾ ਮੁੰਡਾ ਬ੍ਰੈਮਟਨ 'ਚ ਹੈਗਾ ਔਰ ਮੈਂ ਬ੍ਰੈਮਟਨ ਚਲੇ ਜਾ ਕੱਲ ਸਿਰੇ ਮਾਸੀ ਦੇ ਮੁੰਡੇ ਦੀ ਨੌਕਰੀ ਲੱਗ ਜਾਏ ਵੈਂਕੂਵਰ ਉਹ ਛੱਡੇਗਾ ਮੈਂ ਛੱਡੇਗਾ ਨਾ ਤਾਂ ਬੜਾ ਕਲੀਅਰ ਹੈ ਸਿਸਟਮ ਇਹ ਚੀਜ਼ ਤਾਂ ਇਦਾਂ ਇਹ ਸੋਚ ਕੇ ਨਾ ਜਾਓ ਕਿਉਂਕਿ ਇੱਥੇ ਦਾ ਸਿਸਟਮ ਬੜਾ ਉੱਥੇ ਹਰ ਚੀਜ਼ ਮਿਲਦੀ ਹੈ ਹਰ ਫੈ ਬਟ ਇਸ ਤਰ੍ਹਾਂ ਦੇ ਮਾਈਂਡ ਸੈਟਅਪ ਤੇ ਵੀ ਨਾ ਜਾਓ ਯਾਰ ਕਿ ਤੁਸੀਂ ਕਿਸੇ ਉਜਾੜ ਹੀ ਚਲੇ ਜਾਓ ਕੰਮ ਹੀ ਨਾ ਮਿਲੇ ਕਿਉਂਕਿ ਹਰ ਇੱਕ ਕੋ ਬੜਾ ਲਿਮਿਟਿਡ ਜਿਹਾ ਪੈਸਾ ਹੈ ਨਾ ਉਹ ਲਿਮਿਟਿਡ ਪੈਸਾ ਨਾਲ ਉਹਨੇ ਗੁਜ਼ਾਰਾ ਵੀ ਕਰਨਾ ਹੈ ਤੇ ਅਗਲੇ ਸਾਲ ਦੀ ਫੀਸ ਵੀ ਕੱਢਣੀ ਹੈ ਤਾਂ ਕੈਨੇਡਾ ਦਾ ਬੜਾ ਕਲੀਅਰ ਹੈ ਤੁਹਾਡੇ ਕੋਲ ਸਾਡੇ ਕੋਲ ਸਾਰੇ ਪ੍ਰੋਵਿੰਸ ਦੇ ਵਿੱਚ ਸਾਰੇ ਕਾਲਜਿਸ ਹੈ ਸਾਡੇ ਕੋਲ ਉਹ ਸਿਸਟਮ ਨਹੀਂ ਹੈ ਕਿ ਤੁਹਾਨੂੰ ਉਸੇ 21% ਪਰ ਪਹਿਲਾਂ ਬਹੁਤ ਦਿੱਕਤ ਵੀ ਆਏ ਨਾ ਕਯੂਬਿਕਸ ਜਿਹੜੇ ਭੇਜੇ ਨੇ ਸਟੂਡੈਂਟ ਉੱਥੇ ਜਿਹੜੇ ਬੈਂਕਰਪਸੀ ਹੋ ਗਈ ਆ ਬਹੁਤ ਸਾਰੇ ਕਾਲਜ ਦੀ ਸਟੂਡੈਂਟ ਦੀ ਫੀਸ ਖਰਾਬ ਹੋ ਗਈ ਉਹਤੇ ਪ੍ਰੋਟੈਸਟ ਵੀ ਕਰਨੇ ਪਏ ਨੇ ਉਹ ਰੀਜ਼ਨ ਕਿਉਂ ਹੈ ਕਿਉਂਕਿ ਆਪਾਂ ਦੇਖੋ ਨਾ ਆਪਾਂ ਲੋਕ ਬੜੀ ਜਲਦੀ ਇੱਕ ਐਡ ਨੂੰ ਇੱਕ ਮੰਨ ਲੈਂਦੇ ਆ ਕੋਈ ਕਹਿੰਦਾ 2 ਲੱਖੇ ਕੈਨੇਡਾ ਚਲ ਜਓ ਉਹ ਬੰਦਾ ਰਾਤੀ ਸੁਪਨਾ ਦਿੰਦਾ ਮੈਂ ਸਵੇਰੇ 2 ਲੱਖ ਮੇਕੋ ਮੈਂ ਇਕੱਠੇ ਕਰਕੇ ਪਹੁੰਚ ਜਾਊਗਾ ਅੱਜ ਉਹ ਸਾਰਾ ਸਿਸਟਮ ਉਹਨਾਂ ਦਾ ਹੀ ਹੈ ਨਾ ਸ਼ਾਰਟ ਟਰਮ ਕੋਰਸੇਜ਼ ਨੂੰ ਬਹੁਤ ਪ੍ਰੈਫਰ ਕਰਦੇ ਨੇ ਬਹੁਤ ਸਾਰੇ ਕੰਸਲਟੈਂਟ ਨਹੀਂ ਵੀਜ਼ਾ ਕਿਨੇ ਮਿਲੇ ਆਪਾਂ ਗੱਲ ਕਰ ਰਹੇ ਵੀਜ਼ਾਜ਼ ਦੀ ਨੰਬਰ ਜਿੰਨੇ ਮਰਜ਼ੀ ਇਕੱਠੇ ਕਰ ਲਓ ਅਗਰ ਮੈਂ ਅੱਜ ਹੁਣੇ ਹੀ ਤੁਹਾਡੇ ਸ਼ੋਅ ਤੇ ਕਹਿ ਦਵਾਂ ਕਿ ਮੈਂ ਮੈਂ 1 ਲੱਖ ਰੁਪਏ ਕੈਨੇਡਾ ਭੇਜ ਦੂੰਗਾ ਤਾਂ ਸਵੇਰੇ ਆਪਣੇ ਕੋਲ ਮੇਲਾ ਲੱਗ ਜਾਏਗਾ ਹਾਂ ਬਿਲਕੁਲ ਮੇਲਾ ਸੰਭਾਲਣਾ ਕਿੱਦਾਂ ਆਪਾਂ ਜੀ 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 ਹੈ ਨਾ ਤਾਂ ਉਹ ਬੜਾ ਕਲੀਅਰ ਹੈ ਤੁਸੀਂ ਮੈਂ ਕਹਿੰਦਾ ਦੋ ਤਰ੍ਹਾਂ ਦੀ ਮਾਰਕੀਟ ਹੈ ਪਹਿਲੀ ਜਿਹੜੇ ਲੋਕ ਬਿਲਕੁਲ ਐਥਿਕੇਟਸ ਦੇ ਨਾਲ ਕੰਮ ਕਰ ਰਹੇ ਜਿਨ੍ਹਾਂ ਨੂੰ ਕੰਮ ਕਰਨ ਤਜਰਬਾ ਵੀ ਹੈ ਕਿੰਨੇ ਸਟੂਡੈਂਟ ਭੇਜ ਚੁੱਕੇ ਹੁਣ ਤੱਕ ਮੇਰੇ ਖਿਆਲ ਨਾਲ 8000 ਤੋਂ ਜ਼ਿਆਦਾ ਬੱਚੇ ਭੇਜ ਚੁੱਕੇ ਪਿਛਲੇ 16 ਸਾਲਾਂ ਤੋਂ ਸਾਡੇ ਨੰਬਰਸ ਇੰਨੇ ਵਧੀਆ ਨਹੀਂ ਮਿਲਣਗੇ ਤੁਹਾਨੂੰ ਬਟ ਸਾਡਾ ਕੰਮ ਦਾ ਤਜਰਬਾ ਬਹੁਤ ਵਧੀਆ ਹੈ ਬਾਕੀਆਂ ਨਾਲ ਤੁਸੀਂ ਉਹ ਪਾਸਪੋਰਟ ਦੀਆਂ ਕਾਪੀਜ਼ ਫੋਟੋਜ਼ ਦਿਖਾਉਂਦੇ ਨਹੀਂ ਹੈਗੇ ਵੀ ਅਸੀਂ ਇੰਨੇ ਵੀਜ਼ੇ ਲਵਾਤੇ ਨੇ ਡੇਲੀ ਬੇਸਿਸ ਤੇ ਬੱਚਾ ਦਾ ਟੈਸਟੀਮੋਨਲ ਡਾਇਰੈਕਟ ਪੇਜ ਦੇਖੋ ਕੀ ਹੁੰਦਾ ਵੀਜ਼ਾ ਦੀ ਕਾਪੀ ਦਿਖਾਣਾ ਇੱਕ ਅਲੱਗ ਪੜਾਅ ਉਹ ਦਿਖਾ ਰਹੇ ਆ ਜੀ ਸਭ ਤੋਂ ਇੰਪੋਰਟੈਂਟ ਬੱਚਾ ਆਪਣੇ ਮੂੰਹ ਤੇ ਦੱਸੇ ਕਿ ਮੇਰਾ ਪ੍ਰੋਫਾਈਲ ਕੀ ਸੀ ਕਿਉਂਕਿ ਸਾਰੇ ਕੰਸਲਟੈਂਟ ਵੀਜ਼ਾ ਲੱਗਿਆ ਹੋਇਆ ਦਿਖਾਉਂਦੇ ਆ ਰਿਫਿਊਜ਼ਲ ਕੋਈ ਨਹੀਂ ਦਿਖਾਉਂਦਾ ਹੈਗਾ ਨਹੀਂ ਮੈਂ ਤਾਂ ਆਪ ਕਹਿ ਰਹੇ ਮੇਰੇ ਰਿਫਿਊਜ਼ਲ ਲਾ ਓਪਨ ਚੈਲੰਜ ਹੈ ਕਿ ਸਾਡੇ 90% ਤੋਂ ਜ਼ਿਆਦਾ ਸਟੂਡੈਂਟ ਵੀਜ਼ਾ ਹਾਸਿਲ ਹੋਏ ਹਨ ਜਦੋਂ ਰਿਫਿਊਜ਼ਲ ਆਂਦੀ ਹੈ ਤਾਂ ਮੈਂ ਜ਼ਰੂਰ ਸੋਸ਼ਲ ਮੀਡੀਆ ਤੇ ਕਹਿ ਦਿੰਨਾ ਯਾਰ ਕਿ ਮੇਰੇ ਅੱਜ ਚਾਰ ਰਿਫਿਊਜ਼ਲ ਜਿਹੜੀਆਂ ਆਈਆਂ ਇਹਨਾਂ ਵਿੱਚ ਇਹ ਕਾਰਨ ਸ ਹੈ ਅੱਗੇ ਤੋਂ ਇਹਨਾਂ ਦੇ ਵਿੱਚ ਇਹ ਚੀਜ਼ ਇੰਪਰੂਵ ਕਰੋ ਕਿਉਂਕਿ ਦੱਸਣਾ ਤਾਂ ਹੀ ਜ਼ਰੂਰੀ ਹੈ ਨੰਬਰਸ ਕੋ ਵੀ ਮੈਂ ਹਮੇਸ਼ਾ ਨੰਬਰ ਨਾ ਦੱਸ ਪਾਵਾਂ ਕਿ ਮੇਰੇ ਕਿੰਨੇ ਰਿਫਿਊਜ਼ਲ ਦਾ ਬਟ ਹਾਂ ਰਿਜ਼ਲਟ ਬਾਕੀ ਨਾਲ ਬਹੁਤ ਪੋਜ਼ਿਟਿਵ ਹੈ ਚਲੋ ਹੁਣ ਤੁਸੀਂ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੇ ਰਿਫਿਊਜ਼ ਹੁੰਦੇ ਨੇ ਉਹਨਾਂ ਨੂੰ ਤੁਸੀਂ ਬੈਟਰ ਟੰਗਣਾ ਪ੍ਰੈਜ਼ੈਂਟ ਕਰਕੇ ਵੀਜ਼ਾ ਅ ਚਲੋ ਜਾਂਦੇ ਹਾਂ ਦੇ ਕੀ ਕਹਿਣਾ ਚਾਹੁੰਦੇ ਹਾਂ ਸਟੂਡੈਂਟਸ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਬੜਾ ਕਲੀਅਰ ਹੈ ਅਗਰ ਅੱਜ ਕਿਸੇ ਬੱਚੇ ਨੇ ਕੈਨੇਡਾ ਪੜ੍ਹਨ ਆਸਤੇ ਜਾਣਾ ਹੈ ਜਾਂ ਕਿਸੇ ਵੀ ਕੰਟਰੀ ਆਸਟ੍ਰੇਲੀਆ ਯੂਕੇ ਜਾਣਾ ਹੈ ਤੁਸੀਂ ਹਮੇਸ਼ਾ ਇਸ ਨੂੰ ਇੱਕ ਤਰ੍ਹਾਂ ਮਾਰਕੀਟਿੰਗ ਟਾਈਪ ਕਰੋ ਕਿ ਚੈੱਕ ਕਰੋ ਕਿ ਤੁਹਾਡਾ ਕਾਲਜ ਉਹ ਕੋਰਸ ਸਹੀ ਕਿਹੜਾ ਹੈ ਬੱਚਾ ਕੀ ਕਹਿੰਦਾ ਬੱਚਾ ਜਦੋਂ ਕਨਸਲਟ ਕੋਲ ਜਾਂਦਾ ਉਹ ਸਾਰਾ ਕੁਝ ਉਹਦੇ ਤੇ ਛੱਡ ਦਿੰਦਾ ਤੁਸੀਂ ਦੇਖੋ ਜੀ ਉਸ ਦੇ ਨਾਲ ਬੱਚਾ ਦਾ ਕੈਰੀਅਰ ਤਬਾਹ ਹੋ ਰਿਹਾ ਹੈ ਅਗਰ ਬੱਚਾ ਕੋਰਸ ਉਹ ਕਾਲਜ ਦੀ ਰੈਲੇਵੈਂਸੀ ਉਤੇ ਕੰਮ ਕਰੇਗਾ ਤਾਂ ਆਈ ਥਿੰਕਸੋ 90% ਤੋਂ ਵੱਧ ਵੀਜ਼ੇ ਬੱਚਾ ਫਸਟ ਅਟੈਂਪਟ ਦੇ ਵਿੱਚ ਹਾਸਿਲ ਕਰ ਸਕਦਾ ਹੈ ਚਲੋ ਬਹੁਤ ਧੰਨਵਾਦ ਹਨੀਸ਼ ਉਪਲ ਦੀ ਗੱਲਬਾਤ ਕਰਨ ਦੇ ਲਈ ਤਾਂ ਵੀਜ਼ਨ ਗਰੁੱਪ ਦੇ ਐਮ ਡੀ ਹਨੀਸ਼ ਉਪਲ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਨੇ ਬਹੁਤ ਵਧੀਆ ਢੰਗ ਨਾਲ ਦੱਸੀਆਂ ਨੇ ਕਿ ਕਿਉਂ ਵੀਜ਼ਾ ਜਿਹੜਾ ਰਿਫਿਊਜ਼ ਹੁੰਦਾ ਹੈ ਕਿਵੇਂ ਦੁਬਾਰਾ ਵੀਜ਼ਾ ਲੱਗ ਸਕਦਾ ਹੈ ਉਸੇ ਆਫਰ ਲੈਟਰ ਤੇ ਲੱਗ ਸਕਦਾ ਹੈ ਉਸੇ ਕਾਲਜ ਦੇ ਵਿੱਚ ਲੱਗ ਸਕਦਾ ਜਿੱਥੇ ਤੁਸੀਂ ਪਹਿਲਾਂ ਫੀਸ ਭਰੀ ਹੈ ਤੁਹਾਡੇ ਪੈਸੇ ਵੀ ਬਚ ਸਕਦੇ ਨੇ ਤਾਂ ਜ਼ਰੂਰ ਤੁਸੀਂ ਜਿਹੜੇ ਡਿਸਪਲੇ ਹੋ ਰਹੇ ਨੇ ਨੰਬਰ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਉਹਨਾਂ ਨਾਲ ਅਪਾਇੰਟਮੈਂਟ ਲੈ ਕੇ ਮਿਲ ਵੀ ਸਕਦੇ ਹੋ ਜੇ ਤੁਹਾਨੂੰ ਲੱਗਦਾ ਤੁਹਾਡੇ ਕੁਐਰੀਜ਼ ਨੇ ਉਹਨਾਂ ਨੂੰ ਮਿਲ ਕੇ ਤੁਸੀਂ ਫੋਨ ਕਰਕੇ ਉਹਨਾਂ ਤੋਂ ਅਪਾਇੰਟਮੈਂਟ ਲੈ ਕੇ ਬੁੱਕ ਕਰਕੇ ਤੁਸੀਂ ਮ ਸੋਖਾ ਜਿਹੜਾ ਤੁਸੀਂ ਤੁਹਾਡੇ ਪੈਸੇ ਨਾ ਖਰਾਬ ਹੋਣ ਤੁਸੀਂ ਵਿਦੇਸ਼ ਜਾ ਸਕੋ ਫਿਲਹਾਲ ਇਸ ਪੇਸ਼ ਕੁਸਚਨ 아이 ਸੰਦੋ ਇਜਾਜ਼ਤ ਤਨਵਾਦ